ਮੈਂ ਆਪਣੇ ਮਹਾਨ ਸਤਿਗੁਰੂ ਜੋ ਸ਼ਬਦ ਰੂਪ ਹੋ ਕੇ ਕਣ ਕਣ ਦੇ ਵਿੱਚ ਵਿਆਪਕ ਹੈ, ਧੰਨਵਾਦ ਕਰਦਾ ਹਾਂ। ਜ਼ਬਾਨ ਨਾਲ ਧੰਨਵਾਦ ਅਨੇਕਾਂ ਵਾਰੀ ਵੀ ਕਰ ਲਈਏ, ਫਿਰ ਵੀ ਸਾਡਾ ਜੋ ਮਨ ਹੈ ਇਹ ਕਿਸੇ ਹੋਰ ਪਾਸੇ ਲੱਗਿਆ ਹੈ, ਲੇਕਿਨ ਸੱਚਾ ਧੰਨਵਾਦ ਉਸ ਮਹਾਨ ਗੁਰੂ ਦਾ ਅੰਦਰ ਜਾ ਕੇ ਹੀ ਕਰ ਸਕਦੇ ਹਾਂ। ਕਬੀਰ ਸਾਹਿਬ ਨੇ ਕਿਹਾ ਸੀਗਾ, ਗੁਰੂ ਔਰ ਗੋਬਿੰਦ। ਕੋਈ ਸੇਵਕ ਅਭਿਆਸ ਕਰਦਾ ਸੀਗਾ, ਗੁਰੂ ਔਰ ਗੋਬਿੰਦ, ਉਹ ਪ੍ਰਭੂ ਔਰ ਗੁਰੂ ਸਰੂਪ ਜਿਸਨੇ ਕਿ ਸ਼ਬਦ ਨਾਮ ਦੇ ਨਾਲ ਜੋੜਿਆ ਸੀਗਾ, ਉਹ ਦੋਨੇ ਆ ਗਏ। ਸੇਵਕ ਸੋਚਦਾ ਹੈ ਕਿ ਮੈਂ ਕਿਸ ਦੇ ਪੈਰ ਪਕੜੂ, ਇਹ ਇਕੱਠੇ ਆਏ ਹੈ ਔਰ ਦੋਨੇ ਹੀ ਹਸਤੀਆਂ ਪੂਜਾ ਦੇ ਕਾਬਲ ਹੈ, ਲੇਕਿਨ ਅੰਦਰ ਇਹੀ ਫੈਸਲਾ ਹੋਇਆ ਕਿ ਮੈਂ ਨਿਮਿਸ਼ਕਾਰ ਬਲਿਹਾਰ ਕੁਰਬਾਨ ਆਪਣੇ ਗੁਰੂ ਦੇਵ 'ਤੇ ਹੀ ਜਾਣਾ ਹੈ, ਕਿਉਂਕਿ ਅਗਰੇ ਗੁਰੂ ਦੇਵ ਮੈਨੂੰ ਨਾ ਇਸ ਸ਼ਬਦ ਦੇ ਜੋੜਦਾ ਤਾਂ ਮੈਂ ਪਰਮਾਤਮਾ ਨੂੰ ਦੇਖ ਨਾ ਸਕਦਾ, ਪਾ ਨਾ ਸਕਦਾ। ਸੋ ਇਸ ਲਈ ਉਸਨੇ ਮਹਾਨ ਇਸ ਗਰੀਬ ਆਤਮਾ 'ਤੇ ਦਇਆ ਕੀਤੀ, ਉਸਦੇ ਧੰਨਵਾਦੀ ਹਾਂ, ਉਹਦੀ ਦਇਆ ਨਾਲ ਹੀ ਉਹਦੀ ਯਾਦ ਵਿੱਚ ਬੈਠੇ ਹਾਂ। ਤੁਹਾਡੇ ਅੱਗੇ ਸਵਾਮੀ ਜੀ ਮਹਾਰਾਜ ਦਾ ਛੋਟਾ ਜਿਹਾ ਸ਼ਬਦ, ਥੋੜੀਆਂ ਜਿਹੀਆਂ ਲਾਈਨਾਂ ਰੱਖੀਆਂ ਜਾਂਦੀਆਂ ਹਨ। ਆਪ ਬੜੇ ਪਿਆਰ ਨਾਲ ਸੰਤ ਮਤ ਨੂੰ ਇਸ ਦੇ ਅੰਦਰ ਬੋਲਦੇ ਹੈ, ਬਿਆਨ ਕਰਦੇ ਹੈ, ਕਿਉਂਕਿ ਸੰਤ ਮਹਾਤਮਾ ਜਾਗ ਦੇ ਪੁਰਸ਼ ਹੁੰਦੇ ਹੈ, ਉਹ ਪ੍ਰਭੂ ਦੇ ਪਿਆਰ ਵਿੱਚ ਜਾਗ ਉੱਠਦੇ ਹੈ ਔਰ ਸੰਸਾਰ ਦੇ ਵਿੱਚ ਨਾ ਐਸੇ ਅਨੁਭਵੀ ਪੁਰਸ਼ ਕੋਈ ਜਾਤ ਜਾਂ ਧਰਮ ਬਣਾਉਣ ਵਾਸਤੇ ਆਉਂਦੇ ਹੈ, ਨਾ ਉਹ ਕਿਸੇ ਖਾਸ ਮੁਲਕ ਵਾਸਤੇ ਆਉਂਦੇ ਹੈ, ਨਾ ਕਿਸੇ ਸਮਾਜ ਦਾ ਪ੍ਰਚਾਰ ਹੀ ਕਰਦੇ ਹੈ। ਉਹ ਸਾਨੂੰ ਬੜੇ ਪਿਆਰ ਨਾਲ ਆ ਕੇ ਦੱਸਦੇ ਹੈ ਕਿ ਦੇਖੋ ਪਿਆਰਿਓ, ਪਰਮਾਤਮਾ ਇੱਕ ਸਮੁੰਦਰ ਹੈ, ਆਤਮਾ ਉਸ ਦੀ ਲਹਿਰ ਹੈ, ਜੋ ਵੀ ਵਸਤੂ ਅਸੀਂ ਲਹਿਰ ਦੇ ਸਪੁਰਦ ਕਰਾਂਗੇ ਉਹ ਸਮੁੰਦਰ ਦੀ ਤਹਿ ਵਿੱਚ ਹੀ ਬੈਠ ਜਾਏਗੀ। ਗੁਰੂ ਉਸ ਸਮੁੰਦਰ ਦੀ ਇੱਕ ਲਹਿਰ ਹੁੰਦੀ ਹੈ, ਆਤਮਾ ਬੂੰਦ ਹੈ, ਫਰਕ ਵਿਛੋੜੇ ਦਾ ਹੈ, ਸਮੁੰਦਰ ਵੀ ਪਾਣੀ ਹੈ, ਲਹਿਰ ਵੀ ਪਾਣੀ ਹੈ, ਬੂੰਦ ਵੀ ਪਾਣੀ ਹੈ। ਉਹ ਸੰਸਾਰ ਦੇ ਵਿੱਚ ਹਮੇਸ਼ਾ ਹੀ ਆ ਕੇ ਦੱਸਦੇ ਆ ਕਿ ਦੇਖੋ ਪਿਆਰਿਓ, ਇਹ ਸੰਸਾਰ ਉਸਦਾ ਆਪਣਾ ਹੀ ਪਰਮਾਤਮਾ ਦਾ ਘਰ ਹੈ, ਉਸ ਪਰਮਾਤਮਾ ਨੇ ਕਿਸੇ ਦੇ ਕੋਈ ਲੇਵਲ ਲਾ ਕੇ ਨਹੀਂ ਭੇਜਿਆ ਕਿ ਇਹ ਇਸ ਜਾਤੀ ਦਾ ਹੈ ਜਾਂ ਮੈਂ ਇਸ ਜਾਤੀ ਨੂੰ ਮਿਲਣਾ ਹੈ। ਇਹ ਜਾਤਾਂ ਕੌਮ ਮਜ਼ਹਬ ਸਮਾਜ ਬੜੇ ਅੱਛੇ ਸਮਾਜਿਕ ਸੁਧਾਰਾਂ ਨੇ ਬਣਾਈਆਂ ਹਨ, ਇਹ ਸਾਡੀ ਉੱਨਤੀ ਵਾਸਤੇ ਬਣਾਈਆਂ ਜਾਂਦੀਆਂ ਹਨ ਕਿ ਅਸੀਂ ਇਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਰਹਿਣ ਸਹਿਣ ਦੇ ਜੋ ਤਰੀਕੇ ਹਨ ਉਹ ਅਪਣਾਈਏ। ਕਿਸੇ ਸਮਾਜ ਦੇ ਜੋ ਨਿਯਮ ਹੁੰਦੇ ਹਨ ਉਹ ਬੁਰੇ ਨਹੀਂ ਹੁੰਦੇ ਗੇ, ਸਭ ਦੇ ਅੰਦਰ
ਸਵੱਛ ਔਰ ਪਵਿੱਤਰਤਾ 'ਤੇ ਜ਼ੋਰ ਦਿੱਤਾ ਹੁੰਦਾ ਹੈ। ਵਰਿਆਈ ਤੋਂ ਹਰੇਕ ਸਮਾਜ ਹੀ ਪਰਹੇਜ ਕਰਾਉਂਦਾ ਹੈ। ਇਹ ਇੱਕ ਸਾਡੇ ਸਕੂਲਾਂ ਕਾਲਜਾਂ ਦੀ ਤਰ੍ਹਾਂ ਹਨ, ਕਲਾਸਾਂ ਦੀ ਤਰ੍ਹਾਂ ਹਨ। ਸੰਤ ਮਹਾਤਮਾ ਸਾਨੂੰ ਦੱਸਦੇ ਹੈ, ਪਹਿਲੀ ਕਲਾਸ ਆਪਣੇ ਥਾਂ ਹੈ, ਦੂਸਰੀ ਆਪਣੇ ਥਾਂ ਹੈ, ਤੀਸਰੀ ਆਪਣੇ ਥਾਂ ਹੈ, ਹਾਈ ਕਲਾਸ ਆਪਣੇ ਥਾਂ ਹੈ। ਇਹ ਨਹੀਂ ਕਿ ਹਾਈ ਕਲਾਸ ਦਾ ਵਿਦਿਆਰਥੀ ਪਹਿਲੀ ਕਲਾਸ ਦੇ ਟੀਚਰ ਨੂੰ ਕੋਈ ਬੁਰਾ ਕਵੇ ਜਾਂ ਉਸ ਕਲਾਸ ਨੂੰ ਬੁਰਾ ਕਹੇ, ਨਹੀਂ। ਉਸ ਨੂੰ ਪਤਾ ਹੈ ਕਿ ਮੈਂ ਸਾਰੀਆਂ ਕਲਾਸਾਂ ਦੇ ਵਿੱਚੋਂ ਗੁਜ਼ਰਿਆ ਹੋਇਆ ਹਾਂ, ਲੰਘਿਆ ਹੋਇਆ ਹਾਂ। ਉਹ ਸਭ ਟੀਚਰਾਂ ਦਾ ਜਿਨ੍ਹਾਂ ਨੇ ਕਿ ਪੜ੍ਹਾਇਆ ਹੁੰਦਾ ਹੈ, ਧੰਨਵਾਦੀ ਹੁੰਦਾ ਹੈ ਕਿ ਸਭ ਨੇ ਉਸ ਦੇ ਇਲਮ ਦੇ ਅੰਦਰ, ਪੜ੍ਹਨ ਦੇ ਅੰਦਰ ਮਦਦ ਕੀਤੀ ਹੁੰਦੀ ਹੈ। ਇਸੇ ਤਰ੍ਹਾਂ ਸੰਤ ਮਹਾਤਮਾ ਪਿਆਰ ਨਾਲ ਦੱਸਦੇ ਹੈ ਕਿ ਸਾਨੂੰ ਵੀ ਜਿਨ੍ਹਾਂ ਸਮਾਜਾਂ ਦੇ ਅੰਦਰ ਅਸੀਂ ਪੈਦਾ ਹੁੰਦੇ ਹਾਂ, ਕਿਸੇ ਨਾਲ ਸਾਨੂੰ ਕਿਰਨਾ ਨਹੀਂ ਕਰਨੀ ਚਾਹੀਦੀ। ਸਭ ਨਾਲ ਪਿਆਰ ਕਰਦਿਆਂ ਹੋਇਆਂ ਸਾਨੂੰ ਆਪਣਾ ਮਨ ਜੁਗਾ ਲੈਣਾ ਚਾਹੀਦਾ ਹੈ। ਮਨ ਨੂੰ ਜਗਾਉਣ ਦਾ ਸਭ ਤੋਂ ਉੱਤਮ ਸਾਧਨ ਸਿਮਰਨ ਹੁੰਦਾ ਹੈ। ਉਹ ਮਹਾਤਮਾ ਇਸ ਸੰਸਾਰ ਦੇ ਵਿੱਚ ਸੁੱਤੀਆਂ ਆਤਮਾ ਨੂੰ ਜਗਾਉਣ ਵਾਸਤੇ ਆਉਂਦੇ ਹੈ। ਸਵਾਮੀ ਜੀ ਮਹਾਰਾਜ ਕਹਿੰਦੇ ਆ, ਸਤਿਗੁਰ ਆਏ ਦੀਨਾ ਜਗ ਹੇਲਾ, ਜਾਗੋ ਰੇ ਮੇਰੇ ਪਿਆਰੇ ਜਾਗੋ। ਉਹ ਆ ਕੇ ਜਗ੍ਹਾ ਜਗ੍ਹਾ ਫਿਰ ਕੇ, ਹਰ ਮੁਲਕ 'ਚ ਫਿਰ ਕੇ, ਹਰ ਸਮਾਜ ਦੇ ਅੰਦਰ ਫਿਰ ਕੇ ਉਹ ਉਹਨਾਂ ਆਤਮਾ ਸੁੱਤੀਆਂ ਨੂੰ ਜਗਾਉਂਦੇ ਹੈ ਜਿਨ੍ਹਾਂ ਦੇ ਅੰਦਰ ਪਰਮਾਤਮਾ ਪ੍ਰਾਪਤੀ ਦਾ ਸ਼ੌਕ ਹੁੰਦਾ ਹੈ, ਜਾਂ ਜਿਨ੍ਹਾਂ ਆਤਮਾ ਦਾ ਪਰਮਾਤਮਾ ਦੇ ਘਰ ਅੰਦਰ ਨਿਆਂ ਹੋ ਚੁੱਕਿਆ ਹੈ, ਫੈਸਲਾ ਹੋ ਚੁੱਕਿਆ ਹੈ ਕਿ ਅਬ ਇਸ ਨੂੰ ਸੰਸਾਰ ਦੇ ਅੰਦਰ ਨਹੀਂ ਭੇਜਣਾ, ਆਪਦੇ ਕਲਾਵੇ ਵਿੱਚ ਲੈਣਾ ਹੈ। ਸਾਡੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਹੁੰਦੇ ਸੀਗੇ ਕਿ ਜਿਸ ਤਰ੍ਹਾਂ ਕੋਈ ਪਹਾੜ ਦੀ ਚੋਟੀ 'ਤੇ ਖੜਾ ਹੈ, ਉਸ ਨੂੰ ਪਤਾ ਹੈ ਅਗਨੀ ਕਹਾਂ ਲੱਗੀ ਹੈ, ਧੂੰਆਂ ਕਹਾਂ ਨਿਕਲ ਰਿਹਾ ਹੈ। ਇਸੇ ਤਰ੍ਹਾਂ ਉਹ ਪਰਮਾਤਮਾ ਸੱਚਖੰਡ ਦੇ ਵਿੱਚ ਬੈਠਾ ਹੈ, ਜੋ ਮਹਾਨ ਆਤਮਾ ਉਸ ਦੇ ਨਾਲ ਜੁੜ ਜਾਂਦੀਆਂ ਹਨ, ਜਾਗ ਪੈਂਦੀਆਂ ਹਨ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਦੇ ਅੰਦਰ ਤੜਫ ਹੈ, ਕਿਹੜੀ ਆਤਮਾ ਮੈਨੂੰ ਮਿਲਣਾ ਚਾਹੁੰਦੀ ਹੈ। ਉਹ ਖੁਦ ਵਸੀਲਾ ਬਣਾਉਂਦਾ ਹੈ ਆਪਣੇ ਮਿਲਣ ਦਾ, ਜਾਂ ਖੁਦ ਕੋਲੇ ਜਾਂਦਾ ਹੈ। ਇਹ ਉਸਦਾ ਆਪਣਾ ਹੀ ਤਰੀਕਾ ਹੁੰਦਾ ਹੈ ਕਿ ਕਿਸ ਢੰਗ ਨਾਲ, ਕਿਸ ਟਾਈਮ ਮੈਂ ਜਾਣਾ ਹੈ, ਔਰ ਜਾਂ ਕਿਸ ਨੂੰ ਕਿਸ ਦੇ ਜ਼ਰੀਏ ਬੁਲਾਉਣਾ ਹੈ। ਇਹ ਅੰਦਰੋਂ ਅੰਦਰੀ ਹੀ ਉਹ ਆਪਣਾ ਕਾਰਜਕ੍ਰਮ ਚਲਾਉਂਦਾ ਰਹਿੰਦਾ ਹੈ। ਉਹ ਖੁਦ ਸੰਸਾਰ ਦੇ ਅੰਦਰ ਕਰਮਾਂ ਦੀ ਕੈਦ ਵਿੱਚ ਨਹੀਂ ਹੁੰਦਾ, ਉਹ ਪ੍ਰਭੂ ਦਾ ਭੇਜਿਆ ਹੁੰਦਾ ਹੈ। ਉਹ ਆ ਕੇ ਹੋਕਾ ਦਿੰਦਾ ਹੈ ਉਹਨਾਂ ਆਤਮਾ ਵਾਸਤੇ ਕਿ ਜਿਨ੍ਹਾਂ ਦਾ ਫੈਸਲਾ ਹੁੰਦਾ ਹੈ, ਸਭ ਤੋਂ ਪਹਿਲਾਂ ਕੀ ਕਰਦਾ ਹੈ, ਉਹਨਾਂ ਨੂੰ ਪਤਾ ਹੈ ਕਿ ਕਿਹੜੀ ਕਮਜ਼ੋਰੀ ਹੈ ਜਿਹੜੀ ਸਾਨੂੰ ਵਾਰ ਵਾਰ ਇਸ ਸੰਸਾਰ ਦੇ ਵਿੱਚ ਲਿਆਉਂਦੀ ਹੈ। ਉਹ ਹੈ ਦੁਨੀਆਂ ਦਾ ਸਿਮਰਨ, ਕਿਉਂਕਿ ਕੋਈ ਐਸਾ ਆਦਮੀ ਨਹੀਂ ਕਿ ਜਿਸ ਦੇ ਇਸ ਜ਼ਿੰਦਗੀ ਦੇ ਅੰਦਰ ਸਾਰੇ ਕਾਰਜਕ੍ਰਮ ਪੂਰੇ ਹੋ ਜਾਣ।
ਕਿਸੇ ਦੇ 10 ਪੂਰੇ ਹੋ ਗਏ, 10 ਰਹਿ ਗਏ, ਕਿਸੇ ਦੇ 20 ਪੂਰੇ ਹੋ ਗਏ, 5 ਰਹਿ ਗਏ, ਜੋ ਰਹਿ ਜਾਂਦੇ ਹੈ ਆਖਰੀ ਵਕਤ, ਉਹਨਾਂ ਦੇ ਸੰਕਲਪ ਵੈਕਲਪ ਦੇ ਰੂਪ ਦੇ ਅੰਦਰ ਸਾਡੇ ਅੰਦਰ ਉੱਠਣੇ ਸ਼ੁਰੂ ਹੋ ਜਾਂਦੇ ਹੈ। ਆਖਰੀ ਵਕਤ ਜੋ ਖਿਆਲ ਹੁੰਦਾ ਹੈ, ਜਿਸ ਚੀਜ਼ ਦਾ ਅਸੀਂ ਸਿਮਰਨ ਕਰਦੇ ਹਾਂ, ਉਸ ਜਗ੍ਹਾ ਜਾ ਕੇ ਜਨਮ ਲੈਣਾ ਪੈਂਦਾ ਹੈ। ਮਹਾਤਮਾ ਤਰਲੋਚਨ ਜੀ ਮਹਾਰਾਜ ਕਹਿੰਦੇ ਹੈ, ਅੰਤ ਸਮੇਂ ਜੋ ਜਿਸ ਚੀਜ਼ ਦਾ ਸਿਮਰਨ ਕਰਦੇ ਹਾਂ, ਉਸ ਜਗ੍ਹਾ ਜ਼ਰੂਰ ਜਨਮ ਹੁੰਦਾ ਹੈ। ਉਹ ਕਹਿੰਦੇ ਆ, ਅੰਤ ਸਮੇਂ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲਬਲਾ ਉਤਰੈ। ਉਹ ਪ੍ਰੇਤ ਬਣ ਕੇ ਉਹਨਾਂ ਹੀ ਮਹੱਲਾਂ ਵਿੱਚ ਜਾ ਕੇ ਰਹਿੰਦਾ ਹੈ। ਪ੍ਰੇਤ ਦੀ ਜੂਨ ਬੜੀ ਹੀ ਦੁਖੀ ਹੁੰਦੀ ਹੈ, ਪਤਾ ਨਹੀਂ ਕਿਤਨੇ ਜਨਮ ਉੱਥੇ ਧਾਰਨ ਕਰਨੇ ਪੈਂਦੇ ਹੈ। ਗੁਰੂ ਨਾਨਕ ਕਹਿੰਦੇ ਆ, ਪ੍ਰੇਤ ਪਿੰਜਰ ਮੇ ਕਸ਼ਟ ਕਨੇਰੇ, ਬੜੇ ਕਸ਼ਟ ਉੱਥੇ ਸਹਾਰਨੇ ਪੈਂਦੇ ਹੈ। ਤੋ ਅੰਤ ਸਮੇਂ ਜੋ ਮਾਇਆ ਸਿਮਰੈ, ਜੋ ਮਾਇਆ ਦਾ ਭਗਤ ਹੈ, ਉਸ ਵੇਲੇ ਉਹੀ ਖਿਆਲ ਆਉਣਗੇ। ਤੋ ਕਹਿਣ ਲੱਗੇ, ਸਰਪ ਜੋਨ ਬਲਬਲ ਉਤਰਾ, ਉਹ ਸਰਪ ਦੀ ਜੋਨ ਵਿੱਚ ਜਾਂਦਾ ਹੈ, ਵਾਰੀ ਵਾਰੀ ਉੱਥੇ ਜਨਮ ਲੈਂਦਾ ਹੈ। ਜੋ ਖਜ਼ਾਨੇ ਦੱਬੇ ਹੈ, ਉਹਨਾਂ ਦੇ ਉੱਤੇ ਉਹਨੂੰ ਚੌਂਕੀਦਾਰੀ ਕਰਨੀ ਪੈਂਦੀ ਹੈ, ਰਹਿਣਾ ਪੈਂਦਾ ਹੈ। ਜਿਸ ਨੂੰ ਬੱਚਿਆਂ ਦੀ ਜ਼ਰੂਰਤ ਹੁੰਦੀ ਹੈ, ਬਹੁਤ ਆਦਮੀ ਬੱਚਿਆਂ ਵਾਸਤੇ ਤੜਫਦੇ ਫਿਰਦੇ ਹੈ, ਤੋ ਅੰਤ ਸਮੇਂ ਉਹਨਾਂ ਦਾ ਹੀ ਖਿਆਲ ਆਉਂਦਾ ਹੈ। ਅੰਤ ਸਮੇਂ ਜੋ ਲਟਕੇ ਸਿਮਰੈ, ਸੂਕਰ ਜੋਨ ਬਲਬਲ ਉਤਰਾ। ਤੋ ਤਰਲੋਚਨ ਸਾਹਿਬ ਕਹਿੰਦੇ ਹੈ, ਉਹ ਸੂਰ ਦੀ ਜੂਨ ਅਨੇਕਾਂ ਵਾਰੀ, ਕਿਉਂਕਿ ਸੂਰ ਦੇ ਬੱਚੇ ਜ਼ਿਆਦਾ ਹੁੰਦੇ ਹੈ, ਇਸ ਵਾਸਤੇ ਉਹ ਆਪਦੀ ਇੱਛਾ ਉਸ ਜਗ੍ਹਾ ਪੂਰੀ ਕਰਦਾ ਹੈ। ਅੰਤ ਸਮੇਂ ਜੋ ਇਸਤਰੀ ਸਿਮਰੈ, ਵੇਸਿਆ ਜੂਨ ਬਲਬਲ ਉਤਰਾ, ਉਹ ਵੇਸਵਾ ਦੇ ਜੂਨ ਅੰਦਰ ਬਹੁਤ ਮਰਦਾਂ ਦਾ ਸੰਗ ਕਰਨ ਵਾਲੀ ਪੈਦਾ ਹੁੰਦੀ ਹੈ। ਤੋ ਅੰਤ ਸਮੇਂ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦ ਤਰਲੋਚਨ ਤੇ ਨਰ ਮੁਕਤਾ, ਪੀਤੰਬਰ ਜਾ ਕੇ ਰਿਧੇ ਵਸੈ। ਕਹਿੰਦੇ ਉਹ ਮਾਲਕ ਦੇ ਦਰਬਾਰ ਚ ਚਲਾ ਜਾਂਦਾ ਹੈ, ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਗੁਰੂ ਪ੍ਰਗਟ ਹੋ ਜਾਂਦਾ ਹੈ। ਤੋ ਸੰਤ ਸਾਨੂੰ ਦੱਸਦੇ ਹੈ ਕਿ ਇਹਨਾਂ ਨੂੰ ਸਿਮਰਨ ਕਰਨ ਦੀ ਜਨਮਾਂ ਜਨਮਾਤਰਾਂ ਤੋਂ ਆਦਤ ਪਈ ਹੋਈ ਹੈ। ਜਿਸ ਤਰ੍ਹਾਂ ਪਾਣੀ ਦੀ ਮਾਰੀ ਖੇਤੀ ਪਾਣੀ ਸੇ ਹੀ ਹਰੀ ਹੁੰਦੀ ਹੈ, ਉਹ ਮਹਾਤਮਾ ਸਾਡੀ ਇਸ ਕਮਜ਼ੋਰੀ ਦਾ ਜਾਂ ਇਸ ਆਦਤ ਦਾ ਲਾਭ ਹਟਾਉਂਦੇ ਹੋਏ ਲੈਂਦੇ ਹੋਏ, ਉਹ ਸਾਨੂੰ ਇੱਕ ਆਪਣਾ ਕਮਾਇਆ ਹੋਇਆ ਸਿਮਰਨ ਦਿੰਦੇ ਹੈ। ਉਹ ਸਿਮਰਨ ਕਿਸੇ ਕਿਤਾਬ ਜਾਂ ਪੋਥੀ ਦੇ ਵਿੱਚੋਂ ਨਹੀਂ ਸੁਣਾਉਂਦੇ ਗਏ, ਬਲਕਿ ਜਿਸ ਜਿਹੜਾ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਖੁਦ ਕਮਾਇਆ ਹੁੰਦਾ ਹੈ, ਜਿਸ ਦੇ ਪਿੱਛੇ ਉਹਨਾਂ ਦਾ ਤਪ ਤਿਆਗ ਕੰਮ ਕਰਦਾ ਹੈ, ਚਾਰਜਿੰਗ ਕੰਮ ਕਰਦੀ ਹੈ, ਉਹ ਸਾਨੂੰ ਸਿਮਰਨ ਦਿੰਦੇ ਹੈ। ਤਾਂ ਸਭ ਤੋਂ ਗ੍ਰਿਸਤੀਆਂ ਵਾਸਤੇ ਬੇਸ਼ੱਕ ਹੋਰ ਵੀ ਕਈ ਸਾਧਨ ਹੈ, ਇਹਨਾਂ ਨੌ ਦੁਆਰਿਆਂ ਨੂੰ ਸਰੀਰ ਦੇ ਨਿਚਲੇ ਮੱਥੇ ਤੋਂ ਹਿੱਸੇ ਨੂੰ ਖਾਲੀ ਕਰਨ ਦੇ, ਲੇਕਿਨ ਗ੍ਰਿਸਤੀਆਂ ਵਾਸਤੇ ਉਹ ਕਠਿਨ ਸਾਧਨ ਯੋਗੀਆਂ ਵਾਲੇ ਪ੍ਰਾਣਾਯਾਮ ਵਗੈਰਾ ਕਰਨੇ ਬੜੇ ਮੁਸ਼ਕਲ ਹੈ। ਗ੍ਰਿਸਤੀ ਆਦਮੀ ਬੜਾ ਆਸਾਨੀ ਦੇ ਨਾਲ
ਹਰਦੇ ਕਾਰੋਬਾਰ ਕਰਦਾ ਹੋਇਆ ਡਿਊਟੀ ਨਿਭਾਉਂਦਾ ਹੋਇਆ ਸਿਮਰਨ ਕਰ ਸਕਦਾ ਹੈ। ਤੋ ਸਿਮਰਨ ਦੇ ਜ਼ਰੀਏ ਸਿਮਰਨ ਜੋ ਹੈ ਦੁਨੀਆਂ ਦੇ ਸਿਮਰਨ ਨੂੰ ਸਿਮਰਨ ਕੱਟਦਾ ਹੈ। ਜਿਹਨੂੰ ਯਾਦ ਕਰਦੇ ਹਾਂ ਧਿਆਨ ਵੀ ਆਖਰ ਉਸੇ ਦਾ ਹੀ ਆਉਂਦਾ ਹੈ। ਤੋ ਧਿਆਨ ਨੂੰ ਧਿਆਨ ਕੱਟਦਾ ਹੈ। ਨੌ ਦੁਆਰੇ ਜਦ ਖਾਲੀ ਕਰ ਲੈਂਦੇ ਹਾਂ ਸ਼ਬਦ ਪ੍ਰਗਟ ਹੋ ਜਾਂਦਾ ਹੈ, ਉਹ ਸੱਚਖੰਡ ਤੋਂ ਆਉਂਦਾ ਹੈ। ਸਾਡੀ ਆਤਮਾ ਉਸ ਦੇ ਨਾਲ ਜੁੜ ਕੇ ਬੜੀ ਆਸਾਨੀ ਨਾਲ ਗ੍ਰਹਿ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੋਈ ਉਹ ਮਾਲਕ ਦੇ ਦਰਬਾਰ ਪਹੁੰਚ ਜਾਂਦੀ ਹੈ ਜਿੱਥੋਂ ਕਿ ਸ਼ੁਰੂ ਵਿੱਚੋਂ ਆਈ ਸੀ। ਮਹਾਤਮਾ ਇਹ ਨਹੀਂ ਕਹਿੰਦੇ ਕਿ ਤੁਹਾਨੂੰ ਅਗਲੇ ਜਨਮ ਪ੍ਰਭੂ ਮਿਲੇਗਾ ਜਾਂ ਉਸਦਾ ਅਨੁਭਵ ਹੋਵੇਗਾ। ਉਹ ਕਹਿਣ ਲੱਗੇ ਨਹੀਂ, ਇਹ ਤੁਸੀਂ ਇਸੇ ਜਨਮ ਅੰਦਰ ਬੜੇ ਆਸਾਨੀ ਦੇ ਨਾਲ ਕਰ ਸਕਦੇ ਹੋ। ਸਾਡੇ ਸਤਿਗੁਰੂ ਕਹਿੰਦੇ ਹੁੰਦੇ ਜੋ ਕਾਮ ਇੱਕ ਆਦਮੀ ਕਰ ਸਕਦਾ ਹੈ ਉਹ ਦੂਸਰਾ ਵੀ ਕਰ ਸਕਦਾ ਹੈ। ਤੋ ਸੰਤ ਸਤਿਗੁਰੂ ਇਸ ਦੇ ਅੰਦਰ ਮਦਦ ਕਰਨ ਵਾਸਤੇ ਆਉਂਦੇ ਹੈ, ਸੁੱਤੀ ਆਤਮਾ ਨੂੰ ਜਗਾਉਣ ਵਾਸਤੇ ਆਉਂਦੇ ਹੈ। ਸਤਸੰਗ ਦੇ ਜ਼ਰੀਏ ਉਹ ਸਾਡੇ ਅੰਦਰ ਬਿਰੇ ਤੜਫ ਪੈਦਾ ਕਰਦੇ ਹੈ, ਪਵਿੱਤਰਤਾ ਤੇ ਬੜਾ ਜ਼ੋਰ ਦਿੰਦੇ ਹੈ। ਕਿਉਂਕਿ ਅਗਰ ਸਾਡਾ ਮਨ ਪਵਿੱਤਰ ਹੋਏਗਾ ਤਾਂ ਸਾਡੇ ਖਿਆਲ ਪਵਿੱਤਰ ਹੋਣਗੇ, ਜਿਤਨੇ ਸਾਡੇ ਖਿਆਲ ਪਵਿੱਤਰ ਹੋਣਗੇ ਉਤਨਾ ਸਾਡਾ ਸਿਮਰਨ ਵੀ ਅੱਛਾ ਹੋਏਗਾ, ਉਤਨੀ ਸਾਡੀ ਅੰਦਰ ਦੀ ਤਰਫ ਚੜ੍ਹਾਈ ਜ਼ਿਆਦਾ ਹੋਏਗੀ। ਸੋ ਇਸ ਵਾਸਤੇ ਤੁਹਾਡੇ ਅੱਗੇ ਸਵਾਮੀ ਜੀ ਮਹਾਰਾਜ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ, ਗੌਰ ਨਾਲ ਸੁਣੋ। ਚੇਤਾਵਨੀ ਭਾਗ ਦੂਸਰਾ ਸ਼ਬਦ 19ਵਾਂ ਸਾਰ ਬਚਨ ਪੰਨਾ 125। ਸੋਤਾ ਮਨ ਕਸ ਜਾਗੇ ਪਾਈ, ਸੋ ਉਪਾਉ ਮੈਂ ਕਰੂੰ ਬਖਾਨ। ਸੋਤਾ ਮਨ ਕਸ ਜਾਗੇ ਪਾਈ, ਸੋ ਉਪਾਉ ਮੈਂ ਕਰੂੰ ਬਖਾਨ। ਤੀਰਥ ਕਰੇ ਭਾਰਤ ਬੀਰਾਖੇ, ਵਿਦਿਆ ਪੜ੍ਹ ਕੇ ਹੋਏ ਸੁਜਾਨ। ਸਵਾਮੀ ਜੀ ਮਹਾਰਾਜ ਆਮ ਤੌਰ ਤੇ ਜੋ ਅਸੀਂ ਸਮਾਜਿਕ ਲੋਕ ਕਿਰਿਆ ਕਰਮ ਕਰਦੇ ਹਾਂ, ਰੀਤੀ ਰਿਵਾਜ ਕਰਦੇ ਹਾਂ, ਉਹਨਾਂ ਦਾ ਜ਼ਿਕਰ ਕਰਦੇ ਹੈ। ਕਿਉਂਕਿ ਆਮ ਤੌਰ ਦੇ ਉੱਤੇ ਅਸੀਂ ਨਹਾਉਣ ਵਿੱਚ ਇਸ਼ਨਾਨ ਕਰਨ ਦੇ ਵਿੱਚ ਮੁਕਤੀ ਸਮਝਦੇ ਹਾਂ, ਔਰ ਜਾਂ ਪੜ੍ਹ ਪੜ੍ਹਾਈ ਵਿੱਚ ਮੁਕਤੀ ਸਮਝਦੇ ਹਾਂ। ਦਿਨ ਰਾਤ ਪੜ੍ਹਨਾ, ਕਈ ਕਈ ਰੋਜ਼ ਪੜ੍ਹਨਾ, ਇਸ ਵਿੱਚ ਅਸੀਂ ਮੁਕਤੀ ਸਮਝਦੇ ਹਾਂ। ਔਰ ਸੰਤਾਂ ਦਾ ਆਪਣਾ ਤਜਰਬਾ ਹੁੰਦਾ ਹੈ, ਉਹਨਾਂ ਨੇ ਖੁਦ ਬੜੇ ਪ੍ਰੇਮ ਪਿਆਰ ਨਾਲ ਐਸੇ ਰੀਤੀ ਰਿਵਾਜ ਕਰਮ ਕਾਂਡ ਕੀਤੇ ਹੁੰਦੇ ਹੈ। ਉਹ ਸਾਨੂੰ ਕਹਿੰਦੇ ਹੈ ਕਿ ਦੇਖੋ ਪਿਆਰਿਓ, ਅਗਰ ਨਹਾਉਣ ਨਾਲ ਮੁਕਤੀ ਹੁੰਦੀ ਹੋਵੇ, ਡੱਡੂ ਮੱਛੀਆਂ ਉਸ ਪਾਣੀ ਵਿੱਚ ਰੋਜ਼ ਰਹਿੰਦੇ ਹੈ। ਕਬੀਰ ਸਾਹਿਬ ਕਹਿੰਦੇ ਹੈ
ਜਲ ਕਾ ਮੱਜਨ ਜੇਗਤ ਪਾਵੈ ਨਿਤ ਨਿਤ ਮੈਂਡਕ ਨਾਵੈ ਜੈਸੇ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੈ। ਕਹਿੰਦੇ ਕਿ ਮੈਂਡਕ ਰੋਜ਼ ਨਾਉਂਦਾ ਹੈ, ਅਗਰ ਉਹ ਮੁਕਤ ਨਹੀਂ ਵਾਰ ਵਾਰ ਉੱਥੇ ਜਨਮ ਲੈਂਦਾ ਹੈ, ਉਹਦੇ ਵਿੱਚ ਜੋ ਸਾਲ ਤੋਂ ਜਾਂ 6 ਮਹੀਨਿਆਂ ਤੋਂ ਜਾਂ 4 ਸਾਲ ਤੋਂ 10 ਸਾਲ ਤੋਂ ਅਗਰ ਡੁਬਕੀ ਲਾਉਂਦੇ ਹਾਂ ਤਾਂ ਕਿਸ ਤਰ੍ਹਾਂ ਅਸੀਂ ਮੁਕਤ ਹੋ ਸਕਦੇ ਹਾਂ। ਪਾਣੀ ਚਾਹੇ ਆਪਣਾ ਹੈ, ਚਾਹੇ ਪਰਾਇਆ ਹੈ, ਚਾਹੇ ਨਦੀ ਨਾਲੇ ਦਾ ਹੈ, ਚਾਹੇ ਅੱਛੇ ਕਿਸੇ ਸਰੋਵਰ ਦਾ ਹੈ, ਉਹ ਬਦਨ ਦੀ ਮੈਲ ਲਾ ਸਕਦਾ ਹੈ। ਵਿਦਿਆ ਪੜ੍ਹਨ ਦੇ ਨਾਲ ਸਾਡੇ ਦਿਮਾਗ ਅੰਦਰ ਖੁੱਲਪਣਾ ਜ਼ਰੂਰ ਆ ਜਾਂਦਾ ਹੈ। ਇਹਦੇ ਨਾਲ ਨਾ ਕਾਮ ਘਟਦਾ, ਨਾ ਕ੍ਰੋਧ ਘਟਦਾ ਹੈ, ਨਾ ਲੋਭ, ਨਾ ਮੋਹ, ਨਾ ਹੰਕਾਰ ਘਟਦਾ ਹੈ। ਸਾਡੇ ਸਤਿਗੁਰੂ ਕਹਿੰਦੇ ਹੁੰਦੇ ਸੀ ਪੜ੍ਹੇ ਲਿਖਿਆਂ ਨੂੰ ਕਿ ਇਹਨਾਂ ਨੂੰ ਦਿਮਾਗੀ ਕੁਸ਼ਤੀ ਕਰਨ ਦਾ ਸ਼ੌਕ ਪੈਦਾ ਹੋ ਜਾਂਦਾ, ਇੱਕ ਦੂਸਰੇ ਨਾਲ ਬਹਿਸ ਮਬਾਸਾ ਕਰਨ ਦਾ ਸ਼ੌਕ ਹੋ ਜਾਂਦਾ ਹੈ। ਗੁਰੂ ਨਾਨਕ ਕਹਿੰਦੇ ਆ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ। ਉਹ ਕਹਿੰਦੇ ਜੇ ਤੁਹਾਡਾ ਹੰਕਾਰ ਨਾ ਘਟਿਆ, ਜੋ 5 ਵਿਕਾਰ ਹੈ ਇਹਨਾਂ ਵਿੱਚੋਂ ਕੋਈ ਵੀ ਨਾ ਘਟਿਆ ਤਾਂ ਮੂਰਖ ਦਾ ਔਰ ਪੰਡਿਤ ਦਾ ਕੀ ਫਰਕ ਹੋਇਆ। ਕਬੀਰ ਸਾਹਿਬ ਕਹਿੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਬ ਲਗ ਘਟਵੇਂ ਖਾਨ, ਕਿਆ ਪੰਡਿਤ ਕਿਆ ਮੂਰਖਾ ਦੋਨੇ ਇੱਕ ਸਮਾਨ। ਅਗਰ ਪੜ੍ਹਿਆ ਲਿਖਿਆ ਵਰਿਆਈ ਕਰਦਾ ਹੈ, ਕਾਮ ਦਾ ਸ਼ਿਕਾਰ ਹੈ, ਕ੍ਰੋਧ ਦਾ ਸ਼ਿਕਾਰ ਹੈ, ਲੋਭ ਦਾ ਸ਼ਿਕਾਰ ਹੈ, ਕਹਿਣ ਲੱਗੇ ਪੰਡਿਤ ਔਰ ਮੂਰਖ ਦੇ ਅੰਦਰ ਕੀ ਫਰਕ ਹੋਇਆ। ਉਹ ਤਾਂ ਜੋ ਮੂਰਖ ਹੈ, ਜੋ ਕੋਈ ਅੱਖਰ ਵੀ ਨਹੀਂ ਜਾਣਦਾ ਵਿਚਾਰਾ, ਉਹ ਵੀ ਕਰ ਰਿਹਾ ਹੈ, ਉਹ ਦੋਨੇ ਇੱਕ ਸਮਾਨ ਹੈ। ਤੋ ਆ ਪਿਆਰ ਨਾਲ ਕਹਿੰਦੇ ਹੈ ਕਿ ਐਸੇ ਕਰਮ ਅਸੀਂ ਸਾਰੇ ਕਰੇ, ਤੀਰਥੀ ਵੀ ਕਰੇ, ਵਰਤ ਕੋਈ 1 ਦਿਨ ਦਾ ਰੱਖਦਾ ਹੈ, ਕੋਈ 4 ਦਿਨ ਦਾ, ਕੋਈ 2 ਦਿਨ ਦਾ, ਔਰ ਸਾਡੇ ਮੁਸਲਮਾਨ ਭਰਾ ਸਾਲ ਦੇ ਵਿੱਚੋਂ 1 ਮਹੀਨੇ ਦਾ ਰੱਖਦੇ ਹੈ। ਲੇਕਿਨ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ ਇਹਦੇ ਨਾਲ ਕਈ ਸਰੀਰਕ ਫਾਇਦੇ ਤਾਂ ਹੋ ਜਾਂਦੇ ਹੈ, ਕੰਮ ਖਾਣਾ, ਸੰਜਮ ਵਿੱਚ ਖਾਣਾ। ਤੋ ਸੰਤ ਮਹਾਤਮਾ ਕਹਿੰਦੇ ਆ ਸਭ ਨੂੰ ਉੱਚਾ ਸੰਜਮ ਹੈ, ਤੁਸੀਂ ਉਤਨਾ ਖਾਣਾ ਖਾਓ ਜਿਤਨੀ ਕਿ ਤੁਹਾਨੂੰ ਜ਼ਰੂਰਤ ਹੈ। ਤੋ ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਆ ਅਸੀਂ ਤੀਰਥ ਵੀ ਕਰੇ, ਵਰਤ ਵੀ ਰੱਖੇ, ਪੜਪੜਾਈਆਂ ਵਾਲਿਆਂ ਨੂੰ ਵੀ ਮਿਲੇ, ਖੁਦ ਵੀ ਕਰੀ। ਤੋ ਕਹਿੰਦੇ ਇਹ ਮਨ ਜਿਹੜਾ ਸੀ ਇਹ ਜਾਗਿਆ ਨਾ, ਬਲਕਿ ਹੰਕਾਰ ਦੇ ਵਿੱਚ ਹੋਰ ਸੌਂ ਗਿਆ ਜੀ। ਤੀਰਥ ਕਰੇ ਭਾਰਤ ਪੀਰਾ ਕੇ ਵਿਦਿਆ ਪੜ੍ਹ ਕੇ ਹੋਏ ਸੁਜਾਨ ਜਪ ਤਪ ਸੰਜਮ ਬਹੁ ਵਿਦ ਤਾਰੇ ਮੋਨੀ ਹੋਏ ਨਿਦਾਨ। ਆਪ ਕਹਿੰਦੇ ਜਪ ਤਪ ਸਭ ਕੁਛ ਕੀਤਾ, ਕਈ ਜਨਮਾਂ ਚ ਮੋਨ ਵੀ ਧਾਰਨ ਕੀਤੇ, ਲੇਕਿਨ ਮਨ ਦੇ ਅੰਦਰ ਹੰਕਾਰ ਹੋਇਆ ਕਿ ਮੈਨੂੰ ਇਤਨੇ ਸਾਲ ਹੋ ਗਏ ਮੋਨ ਰੱਖੇ ਨੂੰ, 12 ਸਾਲ ਹੋ ਗਏ ਮੈਨੂੰ ਜ਼ਿੰਦਗੀ ਵਿੱਚ ਕਈ ਮੋਨੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ,
ਲੇਕਿਨ ਮਨ ਸ਼ਾਂਤ ਨਹੀਂ ਦੇਖਿਆ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਮੂੰਹ ਨਾ ਮੰਗਿਆ, ਹੱਥ ਨਾ ਮੰਗ ਲਿਆ, ਤੋ ਬਿਮਾਰੀ ਤਾਂ ਉਹੀ ਰਹੀ ਲੈਣ ਦੇਣ ਦੀ। ਗੁਰੂ ਨਾਨਕ ਕਹਿੰਦੇ ਹੈ, ਮੋਨੀ ਹੋਏ ਬੈਠਾ ਦੁੱਤੀ, ਹਿਰਦੇ ਕਲਪਨ ਗਾਠਾ। ਜੇ ਹਿਰਦਾ ਦੁਨੀਆਂ ਦੇ ਪਦਾਰਥਾਂ ਵਾਸਤੇ, ਮਾਨ ਵਡਿਆਈ ਵਾਸਤੇ ਤੜਫ ਰਿਹਾ ਹੈ, ਮੋਨੀ ਹੋਏ ਦਾ ਕੀ ਫਾਇਦਾ ਹੈ? ਭਾਈ ਗੁਰਦਾਸ ਜੀ ਕਹਿੰਦੇ ਹੈ, ਅਗਰ ਮੋਨ ਧਾਰਨ ਦੇ ਨਾਲ ਪਰਮਾਤਮਾ ਮਿਲਦਾ ਹੁੰਦਾ ਤਾਂ ਬਹੁਤ ਸਾਰੇ ਜਾਨਵਰ ਜ਼ਿੰਦਗੀ ਭਰ ਚੁੱਪ ਹੀ ਰਹਿੰਦੇ ਹੈ, ਗੂੰਗੇ ਚੁੱਪ ਹੀ ਰਹਿੰਦੇ ਹੈ, ਉਹਨਾਂ ਨੂੰ ਮਿਲ ਜਾਣਾ ਚਾਹੀਦਾ ਸੀਗਾ। ਤੋ ਸੰਤ ਪਿਆਰ ਨਾਲ ਕਹਿੰਦੇ ਹੈ ਕਿ ਉਤਨਾ ਸੰਜਮ ਦਾ ਚੁੱਪ ਕਰੋ, ਕਿਉਂਕਿ ਇਸ ਦੇ ਵੀ ਕਈ ਗੁਣ ਹੁੰਦੇ ਹੈ। ਲੇਕਿਨ ਜਿਹੜਾ ਅਸੀਂ ਇਹ ਕਹਿੰਦੇ ਹਾਂ ਕਿ ਚੁੱਪ ਕਰਨਾ ਪਰਮਾਤਮਾ ਮਿਲ ਜਾਏਗਾ, ਇਹ ਸਾਡਾ ਖਿਆਲ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਇਹਦੇ ਵਿੱਚ ਕਾਮਯਾਬ ਨਹੀਂ ਹੁੰਦੇ ਗੇ, ਕਿਉਂਕਿ ਤਪ ਜੋ ਹੈ, ਮੈਂ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹ ਕਰਨ ਦਾ ਕਈ ਸਾਲ ਮੌਕਾ ਮਿਲਿਆ ਹੈ। ਬਹੁਤ ਸਾਰਿਆਂ ਹੋਰ ਵੀ ਪ੍ਰੇਮੀਆਂ ਨੇ ਦੇਖੇ ਹੋਣੇ ਹੈ। ਆਮ ਤੌਰ ਦੇ ਉੱਤੇ ਪੰਜਾਬ ਦੇ ਅੰਦਰ ਦਸੰਬਰ ਦਾ ਮਹੀਨਾ, ਜਨਵਰੀ ਦਾ ਕਾਫੀ ਠੰਡੇ ਹੁੰਦੇ ਹੈ, ਉਹਨਾਂ ਦਿਨਾਂ ਵਿੱਚ ਜਲ ਧਾਰਾ ਕੀਤਾ ਜਾਂਦਾ ਹੈ। 100-125 ਫੜਾ, ਬੜੀ ਪਤਲੀ ਜੀ ਧਾਰ ਇੱਥੇ ਸਿਰ ਤੇ ਚੋਟੀ ਦੇ ਵਿੱਚ ਪਵਾਉਣੀ, ਕਈ ਕਈ ਘੰਟੇ ਬੈਠਣਾ, ਆਰਾਮ ਅਕਸ਼ਰ ਦਾ ਜਾਪ ਕਰਨਾ, ਇਹ ਵੀ ਤਪ ਕਾਫੀ ਮੁਸ਼ਕਲ ਹੈ। ਲੇਕਿਨ ਇਸ ਦਾ ਵੀ ਮੌਕਾ ਮਿਲਿਆ ਜ਼ਿੰਦਗੀ ਦੇ ਵਿੱਚ, ਕਿਉਂਕਿ ਸ਼ੌਕ ਜਿਸ ਨੂੰ ਹੋਵੇ ਪ੍ਰਭੂ ਵਾਸਤੇ, ਉਹਦੇ ਵਾਸਤੇ ਕੋਈ ਵੀ ਕੰਮ ਕਠਿਨ ਨਹੀਂ ਹੁੰਦਾ ਗਾ। ਤਪ ਮੈਨੂੰ ਕਈ ਸਾਲ ਮੌਕਾ ਮਿਲਿਆ, ਆਮ ਤੌਰ 'ਤੇ ਜੂਨ ਦੇ ਮਹੀਨੇ ਜਦ ਕਿ ਬਹੁਤ ਗਰਮੀ ਹੁੰਦੀ ਹੈ, ਇਹ 40 ਦਿਨ ਅਗਨੀ ਵਿੱਚ 12 ਵਜੇ ਸ਼ੁਰੂ ਹੁੰਦਾ ਹੈ, 4-5 ਘੰਟੇ ਲੱਗ ਜਾਂਦੇ ਹੈ। ਇਸ ਵਿੱਚ ਵੀ ਰਾਮ ਅਕਸ਼ਰ ਦਾ ਜਾਪ ਕੀਤਾ ਜਾਂਦਾ ਹੈ, ਮਾਲਾ ਫੇਰੀ ਜਾਂਦੀ ਹੈ, ਇਸ ਦੇ ਅੰਦਰ ਕੋਈ 10,000 ਮਾਲਾ ਫੇਰਦਾ, ਕਈ ਇਸ ਤੋਂ ਜ਼ਿਆਦਾ ਵੀ ਫੇਰਦੇ ਹੈ, ਆਪੋ ਆਪਣਾ ਇਹ ਹਿਸਾਬ ਹੁੰਦਾ ਹੈ। ਜਦ ਮੈਂ ਬਾਬਾ ਬਿਸ਼ਨ ਦਾਸ ਕੋਲੇ ਤਪ ਕਰਕੇ ਗਿਆ, ਉਹ ਬੜੇ ਪਿਆਰ ਨਾਲ ਕਹਿਣ ਲੱਗੇ ਵੀ ਦੇਖ ਪਿਆਰਿਆ, ਅੱਗ ਤਾਂ ਪਹਿਲਾਂ ਹੀ ਅੰਦਰ ਬਹੁਤ ਜਲ ਰਹੀ ਹੈ, ਕਾਮ ਦੀ ਅੱਗ ਹੈ। ਅਗਰ ਕਾਮ ਦੀ ਅੱਗ ਹੁੰਦੀ ਹੈ ਤਾਂ ਕੋਲੇ ਖੜਾ ਇਨਸਾਨ ਨਹੀਂ ਦਿਸਦਾ ਗਾ, ਕਾਮੀ ਬੇਸ਼ਰਮ ਹੋ ਜਾਂਦਾ ਹੈ, ਕਬੀਰ ਸਾਹਿਬ ਕਹਿੰਦੇ ਹੈ। ਕ੍ਰੋਧ ਦੀ ਅੱਗ ਹੈ, ਕਿਸ ਤਰ੍ਹਾਂ ਦੁਨੀਆ ਕ੍ਰੋਧ ਦੇ ਵੱਸ ਹੋ ਕੇ ਇੱਕ ਦੂਸਰੇ ਦਾ ਗਲਾ ਕੱਟਣ ਵਾਸਤੇ ਤਿਆਰ ਹੋ ਜਾਂਦੇ ਹੈ, ਇਹ ਵੀ ਅੰਦਰ ਅੱਗ ਹੈ। ਲੋਭ ਦੀ ਅੱਗ ਹੈ, ਕਹਿੰਦੇ ਅੰਦਰ ਕਈ ਅੱਗਾਂ ਜਲ ਰਹੀਆਂ ਹਨ, ਬਾਹਰ ਵਧਣ ਸਾਰਨ ਦੀ ਕੀ ਲੋੜ ਹੈ। ਦਿਲ ਨੂੰ ਖਿਆਲ ਆਇਆ ਕਿ ਮੈਂ ਤਾਂ ਦਿਲ ਵਿੱਚ ਬੜਾ ਹੰਕਾਰ ਕਰਦਾ ਸੀਗਾ ਕਿ ਮੈਂ ਤਪ ਕੀਤਾ ਹੈ, ਲੇਕਿਨ ਜਿਨ੍ਹਾਂ ਮਹਾਤਮਾ ਦਾ ਅਨੁਭਵ ਖੁੱਲਿਆ ਹੋਇਆ ਸੀਗਾ, ਜੋ ਅੰਦਰ ਜਾਂਦੇ ਸੀਗੇ, ਉਹਨਾਂ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਬੇਟਾ ਚਕੋਰ ਅੰਗਿਆਰ ਹੀ ਖਾਂਦਾ ਹੈ,
ਤੂੰ ਤਾਂ ਬਾਹਰ ਹੇ ਅੱਗ ਸੇ ਕੀ ਹੈ, ਤੋ ਸ਼ਾਂਤੀ ਅੰਦਰ ਹੈ, ਅੰਦਰ ਜਾਣ ਨਾਲ ਹੀ ਸ਼ਾਂਤੀ ਮਿਲਦੀ ਹੈ। ਤੋ ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਕਿ ਮੈਂ ਇਹ ਕਰਮ ਵੀ ਕੀਤੇ ਹੈ। ਗੁਰੂ ਅਰਜਨ ਦੇਵ ਜੀ ਵੀ ਮਹਾਰਾਜ ਆਪਦੀ ਪਿਛਲੇ ਜਨਮਾਂ ਦੀ ਹਿਸਟਰੀ ਲਿਖਦੇ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੋਏ ਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕੇ, ਅਧਿਕ ਅਹਿ ਬੁੱਧ ਵਾਧੇ, ਪਿਆਰੇ ਇਨ ਵਿਦ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾਂ, ਮੋਨ ਰਿਹੋ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਧਾ ਛੁਟਕੇ ਨਾਹੀ। ਹਾਂ ਬਈ, ਜਪ ਤਪ ਸੰਜਮ ਬਹੁ ਬਿਦ ਤਾਰੇ, ਮੋਨੀ ਹੋਏ ਨਿਧਾਨ, ਅਸ ਉਪਾਉ ਹਮ ਬਹੁਤਕ ਕੀਨੇ, ਤੋ ਪੀਏ ਮਨ ਜਗਾਨਾ। ਪਿਆਰ ਨਾਲ ਕਹਿੰਦੇ ਹੈ ਇਹ ਸਾਰੇ ਉਪਾਅ ਮਨ ਨੂੰ ਜਗਾਉਣ ਦੇ ਕੀਤੇ ਸਨ, ਲੇਕਿਨ ਮਨ ਫਿਰ ਵੀ ਨਾ ਜਗਿਆ, ਕਿਉਂਕਿ ਬਾਹਰਲੇ ਜਿਤਨੇ ਵੀ ਰੀਤੀ ਰਿਵਾਜ ਅਸੀਂ ਕਰਦੇ ਹਾਂ ਉਹਦੇ ਨਾਲ ਹੰਕਾਰ ਆ ਜਾਂਦਾ ਹੈ ਕਿ ਮੈਂ ਇਤਨਾ ਜਪ ਕਰ ਲਿਆ, ਮੈਂ ਇਤਨਾ ਤਪ ਕਰ ਲਿਆ, ਮੈਂ ਇਤਨੇ ਵਰਤ ਰੱਖ ਲਏ ਹੈ, ਮੈਂ ਇਤਨੇ ਤੀਰਥਾਂ ਤੇ ਫਿਰ ਆਇਆ ਹਾਂ। ਦੇਖਿਆ ਜਾਂਦਾ ਹੈ, ਖੁਦ ਵੀ ਐਸਾ ਅਸੀਂ ਕਰਦੇ ਰਹੇ ਹਾਂ। ਗੁਰੂ ਨਾਨਕ ਕਹਿੰਦੇ ਹੈ ਤੀਰਥ ਵਰਤ ਅਰਦਾਨ ਕਰ ਮਨ ਮੇ ਧਰੇ ਗੁਮਾਨ, ਨਾਨਕ ਨੇ ਫਲ ਜਾਤ ਹੈ ਜਿਉ ਕੁੰਚਰ ਇਸ਼ਨਾਨ। ਹਾਂ ਬਈ, ਅਸ ਉਪਾਉ ਹਮ ਬਹੁਤਕ ਕੀਨੇ, ਤੋ ਪੀਏ ਮਨ ਜਗਾਨਾਯਾਨ, ਖੋਜਤ ਖੋਜਤ ਸਤ ਗੁਰੂ ਪਾਏ, ਉਨ ਯਹ ਜੁਗਤ ਕਹੀ ਪਰਮਾਨ। ਸਾਡੇ ਮਹਾਨ ਗੁਰੂ ਕਹਿੰਦੇ ਹੁੰਦੇ ਸੀਗੇ ਕਿ ਭੁੱਖੇ ਨੂੰ ਪਿਆਸ, ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ ਕੁਦਰਤ ਦਾ ਅਸੂਲ ਹੈ, ਜ਼ਰੂਰ ਦਿੰਦੀ ਹੈ। ਉਹ ਪਰਮਾਤਮਾ ਬੇਖਬਰ ਨਹੀਂ ਹੁੰਦਾ ਗਾ, ਉਹ ਚੀਂਟੀ ਦੀ ਪੁਕਾਰ ਨੂੰ ਬੜਾ ਪਹਿਲਾਂ ਸੁਣ ਲੈਂਦਾ ਹੈ, ਹਾਥੀ ਦੀ ਮਗਰੋਂ ਸੁਣਦਾ ਹੈ। ਉਹ ਸਾਡੇ ਅੰਦਰ ਹੈ, ਸਾਡੀ ਤੜਫ ਨੂੰ ਜਾਣਦਾ ਹੈ। ਰਾਮ ਚ ਰੋਖੇ ਬੈਠ ਕੇ ਸਭ ਕਾ ਚਾਰਾ ਲੇ, ਜਾਂ ਕਿ ਜੈਸੀ ਚਾਕਰੀ ਤਾਕੋ ਤੈਸਾ ਦੇ। ਉਸ ਨੂੰ ਪਤਾ ਹੈ ਕਿ ਕੌਣ ਮੇਰੇ ਵਾਸਤੇ ਤੜਫਦਾ ਹੈ, ਉਹ ਕਿਸ ਜਗ੍ਹਾ ਹੈ, ਉਸਦਾ ਜ਼ਰੂਰ ਉਹ ਇੰਤਜ਼ਾਮ ਕਰਦਾ ਹੈ। ਜੇ ਸਾਡੇ ਦਿਲ ਅੰਦਰ ਸੱਚੀ ਖੋਜ ਹੈ, ਬਾਬਾ ਜੈਮਲ ਸਿੰਘ ਕਹਿੰਦੇ ਹੁੰਦੇ ਸੀ, ਅਗਰ ਸਾਡੇ ਦਿਲ ਅੰਦਰ ਸੱਚੀ ਖੋਜ ਹੈ, ਅਗਰ ਕੋਈ ਪੂਰਾ ਮਹਾਤਮਾ ਨਾ ਮਿਲੇ, ਖੋਜ ਜਾਰੀ ਹੈ, ਸਰੀਰ ਛੁੱਟ ਜਾਏ, ਉਹ ਪਰਮਾਤਮਾ ਅਗਲੇ ਜਨਮ ਦਇਆ ਕਰੇਗਾ, ਜ਼ਰੂਰ ਪੂਰਾ ਗੁਰੂ ਮਿਲਾਏਗਾ। ਪਰਮਾਤਮਾ ਬੇਖਬਰ ਨਹੀਂ ਗਾ, ਸਾਡੀ ਤੜਫ ਜ਼ਰੂਰ ਸੁਣਦਾ ਹੈ, ਉਹ ਅੰਦਰ ਬੈਠਾ ਹੈ। ਜਿੰਨੀ ਜਿੰਨੀ ਸਾਡੀ ਆਸ਼ਾ ਹੈ, ਜਿੰਨੀ ਜਿੰਨੀ ਸਾਡੀ ਸੱਚੀ ਫਰਿਆਦ ਹੈ, ਪਿਆਰ ਹੈ, ਉਹ ਜ਼ਰੂਰ
ਉਸ ਆਸ ਨੂੰ ਮਰਾ ਦਿੰਦਾ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਕਿ ਜਦ ਅਸੀਂ ਆਪਣੀ ਖੋਜ ਜਾਰੀ ਰੱਖੀ, ਤਲਾਸ਼ ਜਾਰੀ ਰੱਖੀ ਕਿ ਪਰਮਾਤਮਾ ਹੈ, ਮੈਂ ਉਸਨੂੰ ਮਿਲਣਾ ਹੈ, ਅਗਰ ਸਾਡੀ ਸੱਚੀ ਖੋਜ ਹੈ, ਸੱਚੀ ਤੜਫ ਹੈ, ਤਾਂ ਉਹ ਪੂਰੇ ਗੁਰੂ ਦਾ, ਅਨੁਭਵੀ ਪੁਰਸ਼ ਦਾ ਉਹ ਜ਼ਰੂਰ ਮਿਲਾਪ ਕਰਾ ਦਿੰਦਾ ਹੈ। ਔਰ ਜਿਹੜੇ ਵੀ ਅਨੁਭਵੀ ਪੁਰਸ਼ ਹੁੰਦੇ ਹੈ, ਮਹਾਨ ਸੰਤ, ਉਹ ਸਾਨੂੰ ਬਾਹਰ ਕਿਸੇ ਰੀਤੀ ਰਿਵਾਜ ਦੇ ਵਿੱਚ ਨਹੀਂ ਲਾਉਂਦੇ ਗਏ, ਉਹ ਸਾਨੂੰ ਸਿਮਰਨ ਸ਼ਬਦ ਦੀ ਕਮਾਈ ਦੇ ਵਿੱਚ ਲਾ ਦਿੰਦੇ ਹੈ ਜੀ। ਖੋਜਤ ਖੋਜਤ ਸਤ ਗੁਰ ਪਾਏ, ਉਨ ਇਹ ਜੁਗਤ ਕਹੀ ਪਰਮਾਨ, ਸਤ ਸੰਗ ਕਰੋ ਸੰਤ ਕੋ ਸੇਵੋ, ਤਨ ਮਨ ਕਰੋ ਕੁਰਬਾਨ। ਉਹ ਕੀ ਕਹਿੰਦੇ ਹੈ ਕਿ ਸਤਸੰਗ ਕਰੋ। ਇਸ ਨੂੰ ਸਮਝਣ ਵਾਸਤੇ ਬੜੀ ਜ਼ਰੂਰਤ ਹੈ, ਕਿਉਂਕਿ ਅਸੀਂ ਮੰਦਰ ਅੰਦਰ ਜਾਂਦੇ ਹਾਂ, ਗੁਰਦੁਆਰਿਆਂ ਜਾਂਦੇ ਹਾਂ, ਮਸੀਤਾਂ ਜਾਂਦੇ ਹਾਂ, ਉੱਥੇ ਨੇਕ ਖਿਆਲ ਲੈ ਕੇ ਜਾਂਦੇ ਹਾਂ, ਉੱਥੇ ਕੋਈ ਬੁਰੀ ਹਰਕਤ ਨਹੀਂ ਕਰਦੇ ਗੇ। ਅਗਰ ਅਸੀਂ ਉੱਥੇ ਬੁਰੀਆਂ ਹਰਕਤਾਂ ਕਰਦੇ ਹਾਂ, ਇੱਕ ਤਾਂ ਸਮਾਜ ਵਾਲੇ ਵੀ ਹਮਾਰੀ ਨਿੰਦਿਆ ਕਰਦੇ ਆ ਕਿ ਦੇਖੋ ਇਹ ਆਇਆ ਤਾਂ ਮੰਦਰ ਅੰਦਰ ਹੈ, ਇਹ ਕਿੰਨੀ ਬੁਰੀ ਹਰਕਤ ਕਰਦਾ ਹੈ। ਦੂਸਰਾ, ਉਹ ਹਾਜ਼ਰੀ ਪ੍ਰਭੂ ਤੋਂ ਵੀ ਬੇਮੁੱਖ ਹੈ, ਪ੍ਰਭੂ ਵੀ ਮਨਜ਼ੂਰ ਨਹੀਂ ਕਰਦਾ, ਜੈਸਾ ਘਰੋਂ ਜਾਂਦਾ ਹੈ ਵੈਸਾ ਆ ਜਾਂਦਾ ਹੈ, ਬਲਕਿ ਉਹ ਮੈਂ ਲਾਹ ਕੇ ਨਹੀਂ ਆਉਂਦਾ, ਹੋਰ ਲਾਇਆ ਆਉਂਦਾ ਹੈ। ਕਿਉਂ ਨਹੀਂ ਅਸੀਂ ਉੱਥੇ ਕੋਈ ਬੁਰੀ ਹਰਕਤ ਕਰਦੇ ਗੇ? ਸਾਨੂੰ ਪਤਾ ਹੈ ਕਿ ਧਰਮ ਦੀ ਜਗ੍ਹਾ ਹੈ, ਇਹ ਧਰਮ ਸਥਾਨ ਹੈ। ਮੰਦਰ ਅੰਦਰ ਬਹੁਤ ਆਦਮੀ ਜਾਂਦੇ ਦੇਖੀਦੇ ਹੈ, ਅਸੀਂ ਵੀ ਆਪਦੀ ਜ਼ਿੰਦਗੀ ਦੇ ਅੰਦਰ ਕਾਫੀ ਗਏ ਹੈ। ਜੋ ਸਿਆਣਾ ਆਦਮੀ, ਸ਼ਰਧਾਲੂ ਆਦਮੀ ਜਾਂਦਾ ਹੈ, ਉਹ ਜੋ ਵੀ ਉਸ ਨੂੰ ਸਿਮਰਨ ਇਸ ਚੀਜ਼ ਦਾ ਕਰਦਾ ਹੈ, ਵਾਹਿਗੁਰੂ ਦਾ ਕਰਦਾ ਹੈ, ਅੱਲਾਹ ਦਾ ਕਰਦਾ, ਰਾਮ ਦਾ ਕਰਦਾ ਹੈ, ਵਾਰ ਦਾ ਕਰਦਾ ਹੈ, ਉਹ ਕਰਦਾ ਜਾਂਦਾ ਹੈ, ਕਿਸੇ ਨਾਲ ਬਾਤ ਨਹੀਂ ਕਰਦਾ, ਉੱਥੇ ਸਿਮਰਨ ਆਇਆ, ਉਹ ਵੀ ਆਪਦਾ ਸਿਮਰਨ ਉਸੇ ਲਫ਼ਜ਼ ਦਾ ਹੈ, ਅਕਸ਼ਰ ਦਾ ਉਹ ਜਾਪ ਕਰਦਾ, ਫਿਰ ਸਿਮਰਨ ਕਰਦਾ, ਘਰ ਆ ਜਾਂਦਾ। ਐਸੇ ਆਦਮੀ ਨੂੰ ਅਸੀਂ ਆਮ ਤੌਰ ਤੇ ਪ੍ਰੇਮੀ ਵੀ ਕਹਿ ਦਿੰਦੇ ਹਾਂ, ਅੱਛੇ ਵੀ ਕਹਿ ਦਿੰਦੇ ਹਾਂ, ਇਹ ਬਹੁਤ ਅੱਛਾ ਹੈ। ਉਹਦਾ ਖੁਦ ਦਾ ਵੀ ਫਾਇਦਾ, ਦੂਸਰਿਆਂ ਦਾ ਵੀ ਫਾਇਦਾ। ਇਸੇ ਤਰ੍ਹਾਂ ਜੋ ਸਤਸੰਗ ਸਥਾਨ ਹੈ, ਜਿੱਥੇ ਅਸੀਂ ਬੈਠ ਕੇ ਸਤਸੰਗ ਕਰਦੇ ਹਾਂ, ਅਭਿਆਸ ਕਰਦੇ ਹਾਂ, ਇਹ ਵੀ ਪਵਿੱਤਰ ਜਗ੍ਹਾ ਹੈ, ਕਿਉਂਕਿ ਜਿੱਥੇ ਮਾਲਕ ਦੀ ਯਾਦ ਅਸੀਂ ਕਰਦੇ ਹਾਂ ਉਹ ਜਗ੍ਹਾ ਪਵਿੱਤਰ ਹੈ। ਇਸ ਵਿੱਚ ਆਉਣਾ ਵੀ ਇਸੇ ਤਰ੍ਹਾਂ ਹੀ ਹੈ ਕਿ ਸਿਮਰਨ ਕਰਦੇ ਆਈਏ, ਸਿਮਰਨ ਕਰਦੇ ਆਪਦੇ ਘਰਾਂ ਨੂੰ ਚਲੇ ਜਾਈਏ, ਘਰ ਨੂੰ ਘਰੇ ਛੋੜ ਆਈਏ, ਕਿਉਂਕਿ ਇੱਥੇ ਤਾਂ ਅਸੀਂ ਪਰਮਾਤਮਾ ਦੀ ਯਾਦ ਵਾਸਤੇ ਆਏ ਹਾਂ। ਇੱਥੇ ਨਾ ਕਦੇ ਕਿਸੇ ਘਰ ਦੀ ਬਾਤ ਕਰੀਏ, ਨਾ ਕਿਸੇ ਦੀ ਚੁਗਲੀ ਕਰੀਏ, ਨਾ ਨਿੰਦਿਆ ਕਰੀਏ, ਨਾ ਕੋਈ ਹੋਰ ਭੈੜੇ ਖਿਆਲ ਇੱਥੇ ਉਠਾਈਏ। ਇਸ ਦੇ ਅੰਦਰ ਬੈਠ ਕੇ
ਤਾਂ ਸਾਨੂੰ ਸਿਮਰਨ 'ਤੇ ਜ਼ੋਰ ਦੇਣਾ ਚਾਹੀਦਾ ਹੈ, ਨਾ ਕਿਸੇ ਦੀ ਬਾਤ ਕਰੋ ਨਾ ਸੁਣੋ। ਫਿਰ ਤੁਸੀਂ ਦੇਖੋ ਕਿ ਸਤਸੰਗ ਦਾ ਕਿਤਨਾ ਫਾਇਦਾ ਹੈ। ਇੱਕ ਸਤਸੰਗ ਨਹੀਂ, ਦੂਸਰੇ 'ਚ, ਦੂਸਰੇ 'ਚ, ਤੀਸਰੇ 'ਚ, ਹੌਲੀ ਹੌਲੀ ਸਾਡਾ ਮਨ ਦੁਨੀਆ ਦੀ ਤਰਫੋਂ ਸੌਣਾ ਸ਼ੁਰੂ ਕਰੇਗਾ, ਪਰਮਾਤਮਾ ਦੀ ਤਰਫੋਂ ਜਾਗਣਾ ਸ਼ੁਰੂ ਕਰ ਦੇਵੇਗਾ। ਇਹ ਮਨ ਨੂੰ ਜਗਾਉਣ ਦਾ, ਸਤਸੰਗ ਕਰਨ ਦਾ ਤਰੀਕਾ ਹੈ। ਅਗਰ ਐਸਾ ਅਸੀਂ ਨਹੀਂ ਕਰਦੇ ਤਾਂ ਮਹਾਰਾਜ ਜੀ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਕਿ ਕੋਈ ਮਹਾਜਨ ਸਤਸੰਗ ਦੇ ਅੰਦਰ ਬਹੁਤ ਸਾਲ ਦਾ ਜਾਂਦਾ ਸੀਗਾ। ਇੱਕ ਦਿਨ ਉਹ ਕੋਈ ਖਾਸ ਮਹਿਮਾਨ ਘਰ ਅੰਦਰ ਆਇਆ ਸੀਗਾ, ਉਹ ਜਾ ਨਾ ਸਕਿਆ ਡਿਊਟੀ ਪੂਰੀ ਕਰਨ ਵਾਸਤੇ ਕਿ ਨਾਗਾ ਨਾ ਪੈ ਜਾਵੇ, ਆਪਦੇ ਬੱਚੇ ਨੂੰ ਭੇਜ ਦਿੱਤਾ। ਉੱਥੇ ਕਥਾ ਕਰਨ ਵਾਲਾ ਪੰਡਿਤ ਪਿਆਰ ਨਾਲ ਕਹਿ ਰਿਹਾ ਸੀਗਾ ਬਈ ਦੇਖੋ ਹਰ ਜੀਵ ਦੇ ਅੰਦਰ ਪਰਮਾਤਮਾ ਹੈ, ਸਾਨੂੰ ਦਇਆ ਕਰਨੀ ਚਾਹੀਦੀ ਹੈ ਹਰੇਕ ਜੀਵ 'ਤੇ, ਚਾਹੇ ਪਸ਼ੂ ਹੈ ਚਾਹੇ ਪੰਛੀ ਹੈ। ਉਸ ਬੱਚੇ ਦੇ ਦਿਲ ਉੱਤੇ ਬੜੀ ਅਸਰ ਹੋਇਆ ਇਸ ਲਫ਼ਜ਼ ਦਾ। ਘਰ ਆਇਆ, ਦੁਕਾਨ ਉੱਪਰ ਕੋਈ ਸਮਾਨ ਪਿਆ ਸੀ, ਗਊ ਆਈ ਉਸ ਨੂੰ ਖਾਣ ਲੱਗੀ। ਉਸਨੇ ਸੋਚਿਆ ਕਿ ਕਾਫ਼ੀ ਕਿਰਾਇਆ ਵਗੈਰਾ ਆ ਰਿਹਾ, ਆਮਦਨ ਹਮਾਰੇ ਕੋ ਕਾਫ਼ੀ ਹੋ ਰਹੀ ਹੈ, ਅਗਰ ਇਹ ਥੋੜ੍ਹਾ ਬਹੁਤਾ ਖਾ ਲੇਗੀ ਕੀ ਘਾਟਾ ਪੈਂਦਾ ਹੈ। ਇਤਨੇ ਨੂੰ ਉਹ ਬਜ਼ੁਰਗ ਬਾਣੀਆਂ ਵੀ ਆ ਗਿਆ, ਉਹ ਬੜਾ ਖਫਾ ਹੋਇਆ, ਕਹਿਣ ਲੱਗਾ ਦੇਖ ਬਈ ਅੰਨੇ ਦਿਆ ਨਿਆ, ਤੈਨੂੰ ਕੁਛ ਦਿਸਦਾ ਜਾਂ ਨਹੀਂ ਦਿਸਦਾ, ਗਊ ਤੇਰੇ ਕੋਲੇ ਨੁਕਸਾਨ ਕਰ ਰਹੀ ਹੈ, ਖਾ ਰਹੀ ਹੈ। ਉਹ ਕਹਿਣ ਲੱਗਾ ਪਿਤਾ ਜੀ ਆਪਣੇ ਕਾਫ਼ੀ ਧਨ ਪਦਾਰਥ ਹੈ, ਅਗਰ ਇਹ ਗਰੀਬ ਜਾਨਵਰ ਥੋੜ੍ਹਾ ਬਹੁਤਾ ਖਾ ਲਏਗਾ ਕੀ ਫਰਕ ਪੈਣ ਲੱਗਿਆ ਹੈ। ਉਹ ਕਹਿਣ ਲੱਗਿਆ ਮੈਂ 30 ਸਾਲ ਦਾ ਉੱਥੇ ਮੰਦਿਰ 'ਚ ਜਾਣਾ ਹੈ, ਕਥਾ ਸੁਣਦਾ ਹਾਂ, ਅਗਰ ਮੈਂ ਐਸੀਆਂ ਗੱਲਾਂ ਪਕੜ ਕੇ ਲਿਆਉਂਦਾ ਅੱਜ ਨੂੰ ਘਰ ਉਜਾੜ ਦਿੰਦਾ। ਉੱਥੇ ਸਤਸੰਗ ਦੀਆਂ ਜੋ ਬਾਤਾਂ ਹਨ ਉੱਥੇ ਛੱਡੇ ਆਈ ਦੀਆਂ ਹੁੰਦੀਆਂ ਹਨ, ਪੱਲੇ ਬੰਨ ਕੇ ਨਹੀਂ ਲਿਆਈ ਦੀਆਂ ਹੁੰਦੀਆਂ। ਸੋ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਕਿ ਉਹ ਬਾਣੀਆਂ ਦੀ ਤਰ੍ਹਾਂ ਅਗਰ ਅਸੀਂ ਧੋਤੀ ਝਾੜ ਕੇ ਘਰੇ ਚਲੇ ਜਾਵਾਂਗੇ ਕੀ ਫਾਇਦਾ ਹੈ। ਉਸ ਬੱਚਾ ਇੱਕ ਦਿਨ ਗਿਆ, ਉਹਨੇ ਕਿਤਨਾ ਉਸ 'ਤੇ ਅਸਰ ਹੋਇਆ। ਸੋ ਮਹਾਤਮਾ ਸਾਡੇ ਅੰਦਰ ਸਤਸੰਗ ਦੇ ਜ਼ਰੀਏ ਹੀ ਸਾਨੂੰ ਪਿਆਰ ਦੇ ਨਾਲ ਦੱਸਦੇ ਹੈ। ਸਤਸੰਗ ਦੇ ਅੰਦਰ ਆਉਣ ਦਾ ਕੀ ਫਾਇਦਾ ਹੈ ਕਿ ਅਸੀਂ ਸੋਚਣਾ ਕਿ ਮਹਾਤਮਾ ਕੀ ਕਹਿੰਦੇ ਹੈ, ਜੋ ਸਾਡੇ ਅੰਦਰ ਗਲਤੀਆਂ ਹਨ, ਜੋ ਕਮੀਆਂ ਹਨ, ਉਹਨਾਂ ਨੂੰ ਅਸੀਂ ਦੂਰ ਕਰਨਾ ਹੈ। ਤੋ ਥੋੜ੍ਹੇ ਸਤਸੰਗਾਂ ਦੇ ਨਾਲ ਹੀ ਸਾਡੇ ਅੰਦਰ ਤਬਦੀਲੀ ਆ ਜਾਂਦੀ ਹੈ। ਤੋ ਆਪ ਕਹਿਣ ਲੱਗੇ ਸਤਸੰਗ ਕਰੋ। ਹਰ ਮਹਾਤਮਾ ਨੇ ਸਤਸੰਗ 'ਤੇ ਜ਼ੋਰ ਦਿੱਤਾ ਹੈ। ਬ੍ਰਹਮਾਨੰਦ ਕਹਿੰਦੇ ਹੈ ਸਤਸੰਗ 'ਤੇ ਜਗ ਸਾਰ ਸਾਧੋ, ਸਤਸੰਗ ਜਗ ਸਾਰ ਰੇ, ਕਾਸੀ ਨਾਏ ਮਥੁਰਾ ਨਾਏ, ਨਾਏ ਹਰੀ ਦੁਆਰ ਰੇ। ਚਾਰ ਤੀਰਥ, ਚਾਰ ਧਾਮ ਤੀਰਥ ਕਰ ਆਏ, ਮਨ ਕਾ ਨਹੀਂ ਸੁਧਾਰ ਰੇ, ਮਨ ਕਾ ਸੁਧਾਰ ਨਹੀਂ, ਕਿਉਂਕਿ ਮਨ ਅੰਦਰ ਅਹੰਕਾਰ ਆ ਗਿਆ। ਮੰਦਿਰ ਜਾਏ ਕਰੇ ਨਿਤ ਪੂਜਾ, ਰਾਖੇ ਬੜਾ ਉਚਾਰ ਰੇ, ਸਾਧੂ ਜਨ ਕੀ ਕਦਰ ਨਾ ਜਾਣੇ, ਮਿਲੇ ਨਾ ਸਿਰਜਣ ਹਾਰ ਰੇ। ਤੋ ਇਸ ਵਾਸਤੇ ਸਾਰੇ ਸੰਤਾਂ ਨੇ ਸਤਸੰਗ ਦੇ ਉੱਤੇ ਜ਼ੋਰ ਦਿੱਤਾ ਹੈ। ਗੁਰੂ ਨਾਨਕ ਕਹਿੰਦਾ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸ਼ਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਜਿਸ ਤਰ੍ਹਾਂ ਸਾਡਾ ਮਨ ਜਨਮਾਂ ਜਨਮਾਤਰਾਂ ਦਾ ਸੁੱਤਾ ਹੋਇਆ ਹੈ,
ਹਰਾ ਕੀ ਇਸ ਦੇ ਅੰਦਰ ਚੇਤਨਤਾ ਜਾਗ ਪੈਂਦੀ ਹੈ, ਇਸ ਦੀ ਇਹਦੇ ਅੰਦਰ ਤੜਫ ਜਾਗ ਪੈਂਦੀ ਹੈ। ਤੋ ਆਪ ਕਹਿਣ ਲੱਗੇ ਕਿ ਕਿਸ ਦਾ ਸਤਸੰਗ ਕਰਨਾ ਹੈ, ਕਿਸੇ ਅਨੁਭਵੀ ਪੁਰਸ਼ ਦਾ। ਹਾਂ ਬਈ ਸਤ ਸੰਗ ਕਰੋ ਸੰਤੇ ਕੋ ਸੇਵੋ, ਤਨ ਮਨ ਕਰੋ ਕੁਰਬਾਨ, ਸਤ ਗੁਰ ਸ਼ਬਦ ਸੁਣੋ ਗਗਨਾ ਚੜ, ਚੇਤ ਲਗਾਓ ਆਪਣਾ। ਸੰਤ ਮਹਾਤਮਾ ਜੋ ਆਜ ਕੰਮ ਕਰਨਾ ਹੈ ਉਹ ਕਹਿੰਦੇ ਸੁਬਹ ਹੀ ਕਰ ਦਿਓ। ਕਬੀਰ ਸਾਹਿਬ ਕਹਿੰਦੇ ਕੱਲ ਕਰਨ ਤਾਂ ਅਬ ਕਰ, ਅਬ ਕਰ ਤਾਂ ਸੋਏ ਤਾਲ, ਪਾਛੇ ਕਛੂ ਨਾ ਆਗ ਹੋ ਵੀ ਜੇ ਸਿਰ ਪਰ ਆਇਆ ਖਾਰ। ਉਹ ਕਹਿਣ ਲੱਗੇ ਕਿ ਤੁਸੀਂ ਸਿਮਰਨ ਕਰਕੇ ਸਤਸੰਗੀ ਨੂੰ ਅੱਖਾਂ ਅੱਗੇ ਅੱਖਾਂ ਦੇ ਪਿੱਛੇ ਜਲਦੀ ਤੋਂ ਜਲਦੀ ਆ ਜਾਣਾ ਚਾਹੀਦਾ ਹੈ, ਕਿਉਂਕਿ ਕੋਈ ਖਾਸ ਮੁਸ਼ਕਲ ਦੀ ਗੱਲ ਨਹੀਂ। ਸਿਮਰਨ ਕਰਨਾ ਕੀ ਮੁਸ਼ਕਲ ਹੈ, ਸਿਮਰਨ ਦੀ ਤਾਂ ਸਾਨੂੰ ਆਦਤ ਹੀ ਪਈ ਹੋਈ ਹੈ। ਇਹ ਜ਼ਰੂਰ ਹੈ ਕਿ ਅਸੀਂ ਮੁਸ਼ਕਲ ਬਣਾਇਆ ਹੋਇਆ ਹੈ, ਕਿਉਂਕਿ ਦੁਨੀਆਂ ਦਾ ਸਿਮਰਨ ਅਸੀਂ ਛੱਡਣ ਵਾਸਤੇ ਤਿਆਰ ਨਹੀਂ ਗਏ, ਇਸ ਵਾਸਤੇ ਸਿਮਰਨ ਦੀ ਆਦਤ ਨਹੀਂ ਪਾਉਂਦੇ ਗਏ। ਤੋ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਕਿ ਤੁਸੀਂ ਸਿਮਰਨ ਦੇ ਜ਼ਰੀਏ ਨੌ ਦੁਆਰੇ ਖਾਲੀ ਕਰ ਲਓ। ਨੌ ਦੁਆਰੇ, ਦੋ ਅੱਖਾਂ ਹਨ, ਮੂੰਹ ਹੈ, ਦੋ ਨੱਕ ਦੇ ਸੁਆਖ ਹਨ, ਹੇਠ ਦੋ ਇੰਦਰੀਆਂ ਹਨ। ਕਹਿਣ ਲੱਗੇ ਇਹਨਾਂ ਨੂੰ ਤੁਸੀਂ ਜੋ ਇਹਨਾਂ ਦੇ ਰਸਤਿਆਂ ਵਿੱਚ ਦੀ, ਸੁਰਾਖਾਂ ਵਿੱਚ ਦੀ ਸਾਡੀ ਆਤਮਾ ਦੁਨੀਆਂ ਦੇ ਰਸਾਂ ਵਿੱਚ ਜਾਂਦੀ ਹੈ, ਇਹਨੂੰ ਮੋੜੋ, ਸਿਮਰਨ ਦੇ ਜ਼ਰੀਏ ਇਹਨਾਂ ਦੋਨਾਂ ਅੱਖਾਂ ਦੇ ਦਰਮਿਆਨ ਲਿਆਓ, ਜਿੱਥੇ ਕੋਈ ਸ਼ਬਦ ਆ ਰਿਹਾ ਹੈ ਸ਼ਬਦ ਨੂੰ ਪਕੜ ਕੇ ਹੀ ਸਾਡੀ ਆਤਮਾ ਉਸ ਜਗ੍ਹਾ ਜਾ ਸਕਦੀ ਹੈ ਜਿੱਥੋਂ ਸ਼ਬਦ ਆ ਰਿਹਾ ਹੈ। ਹਾਂ ਜਦੋਂ ਸਿਮਰਨ ਕਰਦੇ ਹਾਂ ਕਿਸ ਤਰ੍ਹਾਂ ਪੈਰਾਂ ਦੇ ਅੰਦਰ ਚੀਟੀਆਂ ਦੀ ਤਰ੍ਹਾਂ ਦਰਦ ਹੁੰਦਾ ਹੈ, ਪਹਿਲਾਂ ਸਾਡੇ ਪੈਰ ਸੁੰਨ ਹੁੰਦੇ ਹੈ, ਗਿੱਟੇ ਕੁਲਾਈਆਂ, ਇਸੇ ਤਰ੍ਹਾਂ ਸਰੀਰ ਸੁੰਨ ਹੋ ਜਾਂਦਾ ਹੈ। ਪ੍ਰੇਮੀ ਨੂੰ ਹੌਸਲਾ ਹੋ ਜਾਂਦਾ ਹੈ ਕਿ ਮੇਰਾ ਸਫ਼ਰ ਜੋ ਹੈ ਸ਼ੁਰੂ ਹੋ ਗਿਆ ਹੈ। ਆਪ ਕਹਿਣ ਲੱਗੇ ਹੌਲੀ ਹੌਲੀ ਅਸੀਂ ਆਪਦੇ ਘਰ ਦੀ ਤਰਫ ਨੇੜੇ ਹੋਣਾ ਸ਼ੁਰੂ ਹੋ ਜਾਂਦੇ ਹੈ। ਜਾਗਤ ਜਾਗਤ ਅਬ ਮਨ ਜਾਗਾ, ਝੂਠਾ ਲਗਾ ਜਹਾਂ, ਜਹਾਨ ਕੀ ਜੋ ਵੀ ਜਹਾਨ ਦੇ ਅਸੀਂ ਖੱਟੇ ਮਿੱਠੇ ਰਸ ਲੈਣ ਲੱਗੇ ਹੈ, ਵਿਸ਼ੇ ਵਿਕਾਰਾਂ ਨੂੰ ਅਸੀਂ ਉੱਤਮ ਸਮਝਿਆ ਹੋਇਆ ਹੈ, ਇਹਨਾਂ ਰਸਾਂ ਨੂੰ ਅਸੀਂ ਪਹਿਲ ਦਿੱਤੀ ਹੋਈ ਹੈ, ਇਹ ਸਾਰੇ ਝੂਠੇ ਲੱਗਦੇ ਹੈ।
ਕੇ ਫਿੱਕੇ ਹੈ ਆਖਰ ਜੇ ਅਸੀਂ ਨਹੀਂ ਛੱਡਾਂਗੇ ਸਰੀਰ ਛੱਡ ਦੇਵੇਗਾ ਸਰੀਰ ਜਵਾਬ ਦੇ ਜਾਏਗਾ ਭੋਗੋਂ ਰੋਗ ਸੋ ਅੰਤ ਭਗਵਾ ਆਏ ਜਾਏ ਦੁੱਖ ਪਾਏਂਦਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਆਖਰ ਸਰੀਰ ਨਕਾਰਾ ਹੋ ਜਾਏਗਾ ਫਿਰ ਛੱਡਣੇ ਪੈ ਜਾਂਦੇ ਹੈ ਸੂਰਮਾ ਉਹ ਹੈ ਜਿਹੜਾ ਜਵਾਨੀ ਦੇ ਵਿੱਚ ਹੀ ਇੱਧਰੋਂ ਮੂੰਹ ਮੋੜ ਲਵੇ ਕਬੀਰ ਸਾਹਿਬ ਕਹਿੰਦੇ ਮਨ ਮੂਸਾ ਪਿੰਗਲ ਪਿਆ ਪੀ ਪਾਰਾ ਹਰ ਨਾਮ ਲੇਕਿਨ ਗੱਲਾਂ ਦੇ ਨਾਲ ਅਸੀਂ ਇਸ ਮਸਲੇ ਨੂੰ ਇਸ ਮਜ਼ਬੂਨ ਨੂੰ ਹੱਲ ਨਹੀਂ ਕਰ ਸਕਦੇ ਗੇ ਜੇ ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਬੰਦ ਕਰ ਲੈਂਦਾ ਹੈ ਤਾਂ ਬਿੱਲੀ ਦੇ ਪੰਜੇ ਤੋਂ ਬਚ ਨਹੀਂ ਸਕਦਾ ਗਾ ਉਹ ਕੁਛ ਹੀ ਮਿੰਟਾਂ ਬਾਅਦ ਆਪਣੇ ਆਪ ਨੂੰ ਬਿੱਲੀ ਦੇ ਮੂੰਹ ਵਿੱਚ ਦੇਖਦਾ ਹੈ ਇਸੇ ਤਰ੍ਹਾਂ ਜੇ ਅਸੀਂ ਇਸ ਮਸਲੇ ਨੂੰ ਕਹੀਏ ਪੜਪੜਾਏ ਨਾਲ ਅਸੀਂ ਹੱਲ ਕਰ ਲਾਂਗੇ ਇਹ ਨਹੀਂ ਹੁੰਦਾ ਗਾ ਇਹ ਜ਼ਰੂਰ ਹੈ ਕਿ ਪੜ੍ਹਦੇ ਪੜ੍ਹਦੇ ਅਸੀਂ ਰਸ ਜ਼ਰੂਰ ਮਾਣਾਂਗੇ ਥੋੜ੍ਹਾ ਬਹੁਤਾ ਦਿਲ 'ਚ ਖਿਆਲ ਆਏਗਾ ਕਿ ਸ਼ਾਇਦ ਅਸੀਂ ਇਹਨੂੰ ਕਾਬੂ ਕਰ ਲਾਂਗੇ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਸਮਾਂ ਪੜੇ ਪਰ ਹੋਵਤ ਚੋਰਾ ਜਦ ਵਕਤ ਆਉਂਦਾ ਹੈ ਅੰਦਰੇ ਹੀ ਮਨ ਬੈਠਾ ਹੈ ਉਹ ਮਨਾ ਲੈਂਦਾ ਹੈ ਬਿਮਾਰੀ ਵੀ ਅੰਦਰ ਹੈ ਦਵਾਈ ਵੀ ਅੰਦਰ ਹੈ ਤੋ ਕਹਿਣ ਲੱਗੇ ਕਬੀਰ ਸਾਹਿਬ ਕਹਿੰਦੇ ਜਿਸ ਤਰ੍ਹਾਂ ਮੂਸਾ ਪਾਰਾ ਪੀ ਕੇ ਹਿਲ ਚੱਲ ਨਹੀਂ ਸਕਦਾ ਜਾਗਦਾ ਰਹਿੰਦਾ ਉਹ ਹਰਕਤ ਕਰਦਾ ਰਹਿੰਦਾ ਹੈ ਇਹੀ ਹਾਲਤ ਮਨ ਦੀ ਹੋ ਜਾਂਦੀ ਹੈ ਅਗਰ ਇਸ ਨੂੰ ਨਾਮ ਦੀ ਰਸ ਨਾਮ ਦੀ ਲੱਜਤ ਦੇ ਦਈਏ ਜਾਗਤ ਜਾਗਤ ਅਬ ਮਨ ਨਾਨਕ ਨੂੰ ਪੁੱਛਿਆ ਜੋਗੀਆਂ ਨੇ ਕਿ ਜੀ ਸੰਸਾਰ ਵਿੱਚ ਕਿਹੜਾ ਪੰਥ ਕਿਹੜਾ ਸਮਾਜ ਅੱਛਾ ਹੈ ਕਿਹੜਾ ਉੱਤਮ ਹੈ ਕਿਉਂਕਿ ਅੱਜ ਕੱਲ੍ਹ ਤਾਂ ਜੋਗੀਆਂ ਦੇ ਪੰਥ ਵੀ ਗਿਣੇ ਨਹੀਂ ਜਾਂਦੇ ਲੇਕਿਨ ਉਸ ਵਕਤ 12 ਪੰਥ ਜੋਗੀਆਂ ਦੇ ਮਸ਼ਹੂਰ ਸਨ ਔਰ ਸਭ ਦੇ ਨਾਲੋਂ ਜੋ ਆਪਣੇ ਆਪ ਨੂੰ ਸਭ ਕਹਿੰਦੇ ਸਾਡਾ ਪੰਥ ਠੀਕ ਹੈ ਲੇਕਿਨ ਗੁਰੂ ਨਾਨਕ ਨੇ ਬੜਾ ਪਿਆਰ ਨਾਲ ਜਵਾਬ ਦਿੱਤਾ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਉਹੀ ਪੰਥ ਉਹੀ ਸਮਾਜ ਅੱਛਾ ਹੈ ਜਿਸ ਵਿੱਚ ਮਨ ਨੂੰ ਜਿੱਤਣ ਦੀ ਪ੍ਰੈਕਟਿਸ ਕਰ ਰਹੇ ਹਾਂ ਅਗਰ ਮਨ ਜਿੱਤ ਲਿਆ ਤਾਂ ਦੁਨੀਆਂ ਨੂੰ ਬਣਾਉਣ ਵਾਲੇ ਨੂੰ ਜਿੱਤ ਲਿਆ ਅਗਰ ਮਨ ਦੇ ਮੂਹਰੇ ਹਥਿਆਰ ਸੁੱਟ ਦਿੱਤੇ ਕਬੀਰ ਸਾਹਿਬ ਕਹਿੰਦੇ ਹੈ ਮਨ ਦੇ ਹਾਰੇ ਹਾਰ ਹੈ ਮਨ ਦੇ ਜੀਤੇ ਜੀਤ ਅਗਰ ਮਨ ਦੇ ਅੱਗੇ ਅਸੀਂ ਹਥਿਆਰ ਸੁੱਟ ਦਿੰਦੇ ਹਾਂ ਤਾਂ ਸਾਡੀ ਹਾਰ ਹੋ ਜਾਂਦੀ ਹੈ ਅਗਰ ਮਨ ਤੇ ਅਸੀਂ ਫਤਿਹ ਹਾਸਲ ਕਰ ਲੈਂਦੇ ਹਾਂ ਤਾਂ ਜੀਤ ਹੋ ਜਾਂਦੀ ਹੈ ਸੋ ਇਸ ਵਾਸਤੇ ਸੰਤ ਸਾਨੂੰ ਦੱਸਦੇ ਹੈ ਕਿ ਜੋ ਮਨ ਸਾਡਾ ਦੁਸ਼ਮਣ ਅੰਦਰ ਬੈਠਾ ਜਨਮਾਂ ਜਨਮਾਤਰਾ ਤੋਂ ਧੋਖਾ ਦਿੰਦਾ ਰਿਹਾ ਹੈ ਵਿਸ਼ੇ ਵਿਕਾਰਾਂ ਨੂੰ ਮਿੱਠੇ ਕਹਿ ਕੇ ਇੱਧਰ ਲਾਉਂਦਾ ਰਿਹਾ ਹੈ ਅਗਰ ਕਿਸੇ ਨੇ ਕਿਸੇ ਸਰਪ ਨੂੰ ਪਕੜਨਾ ਹੈ ਅਗਰ ਉਸ ਨੂੰ ਆਪਾਂ ਕਿਸੇ ਪਟਿਆਰੀ ਅੰਦਰ ਬੰਦ ਕਰ ਦਈਏ
ਉਹਦੇ ਅੰਦਰ ਗੁੱਸਾ ਜ਼ਿਆਦਾ ਹੋਏਗਾ, ਜਦ ਉਸਦੀ ਪਟਿਆਰੀ 'ਚ ਨਿਕਲਣ ਦਾ ਮੌਕਾ ਮਿਲੇਗਾ ਉਹ ਜ਼ਰੂਰ ਡੰਗ ਮਾਰੇਗਾ ਔਰ ਸਾਡੇ ਅੰਦਰ ਜ਼ਹਿਰ ਭਰ ਦੇਵੇਗਾ, ਖਤਮ ਕਰ ਦੇਵੇਗਾ, ਕਦੇ ਵੀ ਆਪਦੀ ਆਦਤ ਤੋਂ ਬਾਜ਼ ਨਹੀਂ ਆਉਂਦਾ ਗਾ। ਪੜ ਪੜਾਈ ਨਾਲ, ਜਪ ਤਪ ਕਰਨ ਨਾਲ, ਮਨ ਦਾ ਵਸ ਕਰਨਾ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਉਸ ਸਰਪ ਨੂੰ ਪਟਿਆਰੀ ਅੰਦਰ ਬੰਦ ਕਰ ਦੇਣਾ ਹੈ। ਲੇਕਿਨ ਜਿਸ ਤਰ੍ਹਾਂ ਸਪੇਰੇ ਲੋਕ ਸਰਪ ਨੂੰ ਪਕੜ ਕੇ ਖਟਿਆਈ ਉਹਦੇ ਦੰਦਾਂ ਨੂੰ ਲਾ ਦਿੰਦੇ ਹੈ, ਜੋ ਸਰਪ ਹੈ ਉਹ ਸਦਾ ਵਾਸਤੇ ਕੱਟਣੋਂ ਹਟ ਜਾਂਦਾ ਹੈ ਔਰ ਉਹਦੇ ਡੰਗ ਤੋਂ ਹੀ ਸਦਾ ਵਾਸਤੇ ਬਚ ਜਾਂਦੇ ਹੈ। ਸੋ ਸੰਤਾਂ ਨੂੰ ਇਹਦੀ ਕਮਜ਼ੋਰੀ ਦਾ ਗਿਆਨ ਹੁੰਦਾ ਹੈ। ਸਭ ਤੋਂ ਪਹਿਲਾਂ ਇਹ ਸੋਚਣਾ ਹੈ ਕਿ ਜੋ ਮਨ ਹੈ ਇਹ ਕਿਸ ਚੀਜ਼ 'ਤੇ ਆਸ਼ਕ ਹੈ, ਕਿੱਥੋਂ ਦੀ ਇਹਦੀ ਪੈਦਾਇਸ਼ ਹੈ, ਇਹ ਲੱਜਤ ਦਾ ਆਸ਼ਕ ਹੈ, ਇਹ ਵੀ ਆਪਣੇ ਘਰ ਤੋਂ ਭਟਕਿਆ ਹੋਇਆ ਹੈ। ਤੋ ਦੁਨੀਆਂ ਦੀ ਸਭ ਤੋਂ ਉੱਚੀ ਤੋਂ ਸੁੱਚੀ ਲੱਜਤ ਜੋ ਹੈ ਉਹ ਸ਼ਬਦ ਦੀ ਹੈ, ਨਾਮ ਦੀ ਹੈ। ਤੋ ਸੰਤ ਸਾਨੂੰ ਦੱਸਦੇ ਆ ਕਿ ਮਨ ਨੂੰ ਇਹਦੇ ਟਿਕਾਣੇ 'ਤੇ ਪਹੁੰਚਾ ਦਿਓ, ਬ੍ਰਹਮ ਦੀ ਅੰਸ ਹੈ, ਬ੍ਰਹਮ ਦੇ ਵਿੱਚ ਪਹੁੰਚਾ ਦਿਓ। ਜੋ ਮਨ ਜਨਮਾਂ ਜਨਮਾਤਰਾਂ ਤੋਂ ਧੋਖਾ ਦਿੰਦਾ ਹੈ ਉਹ ਵੀ ਮਨ ਸਾਡਾ ਦੋਸਤ ਬਣ ਜਾਂਦਾ ਹੈ, ਮਦਦ ਕਰਦਾ ਹੈ। ਆਤਮਾ ਇਸਦੇ ਪੰਜੇ ਤੋਂ ਆਜ਼ਾਦ ਹੋ ਕੇ ਆਪਣੇ ਘਰ ਵਾਪਸ ਸੱਚਖੰਡ ਪਹੁੰਚ ਜਾਂਦੀ ਹੈ, ਉਹ ਬ੍ਰਹਮ ਵਿੱਚ ਜਾ ਕੇ ਸਮਾ ਜਾਂਦਾ ਹੈ, ਆਤਮਾ ਸਤਲੋਕ ਵਿੱਚ ਜਾ ਕੇ ਸਮਾ ਜਾਂਦੀ ਹੈ, ਦੋਨੇ ਆਪੋ ਆਪਣੇ ਘਰ ਵਿੱਚ ਚਲੇ ਜਾਂਦੇ ਹੈ ਜੀ। ਮਨ ਕੀ ਮਦਦ ਸੂਰਤ ਕੋ ਜੀ ਮਹਾਰਾਜ ਬੜੇ ਪਿਆਰ ਨਾਲ ਦੱਸਦੇ ਹੈ, ਸ਼ਬਦ ਨਾਮ ਦੀ ਲੱਜੇ ਤੋਂ ਬਗੈਰ ਤੁਹਾਡਾ ਮਨ ਕਦੇ ਜਾਗ ਨਹੀਂ ਸਕਦਾ ਗਾ, ਨਾ ਖੁਦ ਹੀ ਇਹ ਭਗਤੀ 'ਚ ਲੱਗੇ ਨਾ ਤੁਹਾਨੂੰ ਹੀ ਲੱਗਣ ਦੇਵੇ। ਉਹ ਕਹਿਣ ਲੱਗੇ, ਬੇਸ਼ੱਕ ਜਿਤਨੇ ਵੀ ਦੁਨੀਆਂ ਦੇ ਅੰਦਰ ਪੜ ਪੜਾਉਣਾ ਹੈ, ਤੀਰਥਾਂ 'ਤੇ ਜਾਣਾ ਹੈ, ਵਰਤ ਰੱਖਣੇ ਹੈ, ਇਹ ਤਾਂ ਉਹ ਕਹਿੰਦੇ ਅਸੀਂ ਖੁਦ ਹੀ ਕਰਕੇ ਜ਼ਿੰਦਗੀਆਂ 'ਚ ਦੇਖਦੇ ਆਏ ਹਾਂ, ਅਗਰ ਕੋਈ ਹੋਰ ਵੀ ਉਪਾਅ ਤੁਸੀਂ ਕਰਨਾ ਹੈ ਤੋ ਕਰ ਸਕਦੇ ਹੋ, ਲੇਕਿਨ ਸ਼ਬਦ ਤੋਂ ਬਗੈਰ, ਨਾਮ ਦੀ ਕਮਾਈ ਤੋਂ ਬਗੈਰ ਤੁਸੀਂ ਆਪਦੇ ਮਨ ਨੂੰ ਕਾਬੂ ਹੀ ਨਹੀਂ ਕਰ ਸਕਦੇ ਗੇ, ਇਹਨੂੰ ਟਿਕਾਣੇ ਤੇ ਲਿਆ ਹੀ ਨਹੀਂ ਸਕਦੇ ਗੇ ਜੀ। ਸਵਾਮੀ ਜੀ ਮਹਾਰਾਜ ਨੇ ਆਪਦਾ ਤਜਰਬਾ ਦੱਸਿਆ ਹੈ ਕਿ ਇਸ ਉਪਾਅ ਨਾਲ ਮਨ ਵਸ ਆ ਜਾਂਦਾ ਹੈ, ਸ਼ਬਦ ਦੀ ਕਮਾਈ, ਨਾਮ ਦੀ ਕਮਾਈ ਦੇ ਨਾਲ। ਤੋ ਆਪ ਕਹਿਣ ਲੱਗੇ, ਹੋਰ ਚੀਜ਼ ਦਾ ਸੰਤਾਂ ਦੀ ਬਾਣੀ ਵਿੱਚ ਕੋਈ ਪ੍ਰਮਾਣ ਹੀ ਨਹੀਂ ਦਿੱਤਾ ਜਾਂਦਾ ਗਾ, ਕਿਸੇ ਮਹਾਤਮਾ ਦੀ ਬਾਣੀ ਪੜ੍ਹ ਕੇ ਦੇਖ ਲਓ, ਉਹਦੇ ਅੰਦਰ ਸ਼ਬਦ ਦਾ ਪ੍ਰਚਾਰ ਹੈ,
ਨਾਮ ਦਾ ਪ੍ਰਚਾਰ ਹੈ, ਸਤਸੰਗ ਦਾ ਪ੍ਰਚਾਰ ਹੈ, ਪੂਰੇ ਗੁਰੂ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਬਾਕੀ ਜਿਤਨੀਆਂ ਵੀ ਚੀਜ਼ਾਂ ਹੁੰਦੀਆਂ ਹਨ ਸਭ ਦਾ ਮਹਾਤਮਾ ਦੀ ਬਾਣੀ ਅੰਦਰ ਖੰਡਨ ਕੀਤਾ ਹੁੰਦਾ ਹੈ। ਸੰਤਾਂ ਦੀ ਬਾਣੀ ਬੜੀ ਪਿਆਰੀ ਹੁੰਦੀ ਹੈ, ਮਿੱਠੀ ਹੁੰਦੀ ਹੈ, ਸਤਸੰਗੀ ਇਸ ਤੋਂ ਖਾਸ ਫਾਇਦਾ ਉਠਾ ਜਾਂਦੇ ਹੈ, ਕਿਉਂਕਿ ਜਦ ਤੱਕ ਅਸੀਂ ਕਿਸੇ ਸੰਤ ਸਤਿਗੁਰੂ ਤੋਂ ਨਾਮਦਾਨ ਪ੍ਰਾਪਤ ਨਹੀਂ ਕਰਦੇਗੇ ਉਤਨਾ ਚਿਰ ਸਾਨੂੰ ਭਾਵੇਂ ਕਿਸੇ ਮਹਾਤਮਾ ਦੀ ਬਾਣੀ ਦਿਨ ਰਾਤ ਪੜ੍ਹਦੇ ਰਹੀਏ ਸਾਨੂੰ ਪਤਾ ਹੀ ਨਹੀਂ ਲੱਗਦਾ ਗਾ ਕਿ ਮਹਾਤਮਾ ਦੀ ਬਾਣੀ ਕੀ ਕਹਿੰਦੀ ਹੈ। ਜਦ ਸਾਨੂੰ ਅੰਦਰ ਜਾਣ ਦਾ ਭੇਦ ਮਿਲ ਜਾਂਦਾ ਹੈ ਫਿਰ ਬੇਸ਼ੱਕ ਕਿਸੇ ਵੀ ਇਲਾਕੇ ਦਾ ਮਹਾਤਮਾ ਕਿਉਂ ਨਾ ਹੋਵੇ ਜਿਸਦੀ ਕਿ ਅਸੀਂ ਬੋਲੀ ਸਮਝ ਸਕਦੇ ਹਾਂ ਕੋਈ ਮੁਸ਼ਕਲ ਨਹੀਂ, ਅਸੀਂ ਉਹ 'ਚੋਂ ਬੜਾ ਫਾਇਦਾ ਉਠਾ ਜਾਂਦੇ ਹਾਂ। ਸਾਨੂੰ ਪਤਾ ਲੱਗਦਾ ਹੈ ਕਿ ਇਹਦੇ ਅੰਦਰ ਸਤਸੰਗ 'ਤੇ ਜ਼ੋਰ ਹੈ, ਗੁਰੂ ਭਗਤੀ 'ਤੇ ਜ਼ੋਰ ਹੈ, ਪੂਰੇ ਗੁਰੂ ਨੂੰ ਮਿਲਣ ਦੇ ਫਾਇਦੇ ਦੱਸੇ ਜਾਂਦੇ ਹੈ। ਸੋ ਇਸ ਵਾਸਤੇ ਸੰਤਾਂ ਦੀ ਬਾਣੀ ਅੰਦਰ ਬਾਹਰ ਮੁਖੀ ਕਰਮ ਕਾਂਡ ਨੂੰ ਕੋਈ ਜਗ੍ਹਾ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਦੁੱਖ ਅੰਧੇਰਾ ਤੈ ਸੰਤਾਂ ਸੰਗ ਨਸੈ, ਮੋਹੇ ਬਾਦ ਹੰਕਾਰ ਸਿਰ ਪਰ ਰੋਨਿਆ, ਸੁਖ ਨ ਪਾਏ ਨਮੂਲ ਨਾਮ ਸ਼ੁਨਿਆ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਧਿਆ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਵੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾ ਇਹੋ। ਸੋ ਸੰਤਾਂ ਮਹਾਤਮਾ ਨੇ ਨਾਮ ਦੀ ਮਹਿਮਾ ਗਾਈ ਹੈ, ਨਾਮ ਦਾ ਹੀ ਪ੍ਰਚਾਰ ਕੀਤਾ ਹੈ, ਨਾਮ ਦੇ ਵਿੱਚੋਂ ਮਹਾਤਮਾ ਆਉਂਦੇ ਹੈ। ਸੋ ਇਸ ਵਾਸਤੇ ਸਵਾਮੀ ਜੀ ਮਹਾਰਾਜ ਵੀ ਕਹਿੰਦੇ ਹੈ ਕਿ ਬਗੈਰ ਸ਼ਬਦ ਔਰ ਨਾਮ ਦੀ ਕਮਾਈ ਤੋਂ ਮਨ ਸਾਡਾ ਜਾਗਦਾ ਨਹੀਂ। ਇਸ ਵਾਸਤੇ ਮਹਾਤਮਾ ਆਪਣੇ ਸਤਸੰਗ ਦੇ ਅੰਦਰ ਆਪਣੀ ਬਾਣੀਆਂ ਦੇ ਅੰਦਰ ਹੋਰ ਕਿਸੇ ਚੀਜ਼ ਦਾ ਪ੍ਰਮਾਣ ਹੀ ਨਹੀਂ ਦਿੰਦੇ ਗੇ ਜੀ। ਕਬੀਰ ਸਾਹਿਬ ਵੀ ਕਹਿੰਦੇ ਆ, ਲੇਖੇ ਮੈਂ ਸੋਈ ਘੜੀ ਬਾਕੀ ਕੇ ਦਿਨ ਬਾਅਦ, ਕਹਿੰਦੇ ਲੇਖੇ ਚ ਜ਼ਿੰਦਗੀ ਕਦ ਲੱਗੀ ਹੋਈ, ਜਦ ਗੁਰੂ ਨਾਲ ਮਿਲਾਪ ਹੋਇਆ, ਗੁਰੂ ਨੇ ਨਾਮ ਦੇ ਨਾਲ ਜੋੜ ਦਿੱਤਾ, ਸ਼ਬਦ ਦੇ ਨਾਲ ਜੋੜ ਦਿੱਤਾ। ਇਹ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਜਦੋਂ ਸਾਨੂੰ ਜਿਹੜੀ ਜ਼ਿੰਦਗੀ ਵਿੱਚ ਨਾਮ ਤੋਂ ਬਗੈਰ ਲੰਘ ਗਈ ਹੈ, ਕਹਿੰਦੇ ਉਹ ਸਾਡੀ ਉਮਰ ਕਿਸੇ ਲੇਖੇ ਵਿੱਚ ਨਹੀਂ। ਲੇਖੇ ਵਿੱਚ ਇਹੀ ਘੜੀ ਹੈ ਕਿ ਜਦ ਸਾਡੀ ਸ਼ਬਦ ਦੇ ਨਾਲ ਆਤਮਾ ਜੁੜ ਗਈ ਹੈ, ਗੁਰੂ ਨਾਲ ਮਿਲਾਪ ਹੋ ਗਿਆ ਹੈ ਜੀ। ਪਿਆਰ ਨਾਲ ਕਹਿੰਦੇ ਹੈ ਕਿ ਮਹਾਤਮਾ ਤੋਂ ਬਗੈਰ ਸ਼ਬਦ ਦੀ ਪਹਿਚਾਣ ਨਹੀਂ, ਕਿਉਂਕਿ ਉਹ ਸ਼ਬਦ
ਉਹ ਨਾਮ ਗਾਉਣ ਵਜਾਉਣ ਵਾਲਾ ਨਹੀਂ ਗਾ, ਜਿਹਨੂੰ ਅਸੀਂ ਆਮ ਤੌਰ 'ਤੇ ਸ਼ਬਦ ਸਮਝਦੇ ਹਾਂ। ਉਹ ਸ਼ਬਦ ਨਾ ਲਿਖਣ 'ਚ ਆਉਂਦਾ, ਨਾ ਬੋਲਣ 'ਚ ਆਉਂਦਾ, ਨਾ ਪੜ੍ਹ ਪੜ੍ਹਾਈ ਵਿੱਚ ਆਉਂਦਾ ਹੈ। ਉਹ ਬਿਨਾਂ ਬੋਲੀ ਭਾਸ਼ਾ ਹੈ, ਬਿਨਾਂ ਲਿਖਿਆ ਕਾਨੂੰਨ ਹੈ। ਉਹ ਨਾਮ, ਉਹ ਸ਼ਬਦ ਸਾਡੇ ਅੰਦਰ ਹੈ, ਦਿਨ ਰਾਤ ਉਹ ਤਨਕਾਰਾਂ ਦੇ ਰਿਹਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਸ਼ਬਦ ਏ ਧਰਤੀ, ਸ਼ਬਦ ਏ ਆਕਾਸ਼, ਸ਼ਬਦ ਏ ਸ਼ਬਦ ਪਿਆ ਪ੍ਰਕਾਸ਼, ਸਗਲੀ ਸਿਰਠ ਸ਼ਬਦ ਕੇ ਪਾਸ਼ੇ, ਨਾਨਕ ਸ਼ਬਦ ਘਟੇ ਘਟ ਆਸ਼ੇ। ਉਹ ਕਹਿਣ ਲੱਗੇ, ਚੰਦਰਮਾ, ਸਿਤਾਰੇ, ਧਰਤੀ, ਆਕਾਸ਼, ਸਭ ਉਹ ਸ਼ਬਦ ਨੇ ਪੈਦਾ ਕੀਤੇ ਹੈ। ਉਹ ਹਰ ਇੱਕ ਦੇ ਘਟ ਅੰਦਰ ਹੈ। ਉਹ ਸ਼ਬਦ, ਉਹ ਨਾਮ, ਸੰਤ ਮਹਾਤਮਾ ਉਹ ਸ਼ਬਦ ਨਾਲ ਜੋੜਨ ਵਾਸਤੇ ਆਉਂਦੇ ਹੈ। ਇਸ ਵਾਸਤੇ ਆਪ ਕਹਿੰਦੇ ਹੈ, ਸਭ ਜਦ ਤੱਕ ਮਹਾਤਮਾ ਨਹੀਂ ਮਿਲਦਾ ਗਾ, ਅਸੀਂ ਭਟਕਦੇ ਫਿਰਦੇ ਹਾਂ, ਡੋਲਦੇ ਫਿਰਦੇ ਹਾਂ। ਕੁਰਕਸ਼ੇਤਰ ਵਾਲੇ ਹਰਿਦੁਆਰ ਨੂੰ ਜਾਂਦੇ ਹੈ, ਹਰਿਦੁਆਰ ਵਾਲੇ ਕਟਾਕਸ ਰਾਜ ਨੂੰ ਜਾਂਦੇ ਹੈ। ਇੱਕ ਇੱਕ ਆਦਮੀ ਅਨੇਕਾਂ ਜਗ੍ਹਾ ਜਗ੍ਹਾ 'ਚ ਫਿਰਦਾ ਹੈ। ਕਿਉਂ ਫਿਰਦਾ ਬਈ? ਉਹਨੂੰ ਸ਼ਾਂਤੀ ਨਹੀਂ, ਉਹਨੂੰ ਕਿਸੇ ਜਗ੍ਹਾ ਭਰੋਸਾ ਨਹੀਂ, ਵਿਸ਼ਵਾਸ ਨਹੀਂ ਦਿੱਤਾ ਗਿਆ ਕਿ ਮੈਂ ਤੇਰਾ ਜ਼ਿੰਮੇਵਾਰ ਹਾਂ। ਜਦ ਸੰਤ ਮਿਲ ਜਾਂਦੇ ਹੈ, ਉਹ ਜ਼ਿੰਮੇਵਾਰੀ ਉਠਾ ਲੈਂਦੇ ਹੈ। ਨਾਮ ਦੇਣਾ, ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਕੋਈ ਇਹ ਗੁੱਡੀਆਂ ਦਾ ਖੇਲ ਨਹੀਂ, ਨਾਮ ਜ਼ਿੰਮੇਵਾਰੀ ਹੁੰਦੀ ਹੈ। ਸਾਡੇ ਸਤਿਗੁਰੂ ਮਹਾਨ ਕਿਰਪਾਲ ਮਹਾਰਾਜ ਕਹਿੰਦੇ ਸੀਗੇ ਕਿ ਨਾਮ ਇੱਕ ਤਵੱਜੋ ਹੁੰਦੀ ਹੈ ਜੋ ਅਨੁਭਵੀ ਪੁਰਸ਼ ਹੀ ਦੇ ਸਕਦਾ ਹੈ। ਸੰਤ ਨਾਮ ਦੇ ਕੇ ਭੁੱਲ ਨਹੀਂ ਜਾਂਦੇ, ਗੁਰੂ ਅਭੁੱਲ ਸ਼ਕਤੀ ਹੁੰਦੀ ਹੈ। ਉਹ ਜਦ ਤੱਕ ਜੀਵ ਨੂੰ ਉਸ ਪ੍ਰਭੂ ਦੇ ਅੱਗੇ ਖੜਾ ਨਾ ਕਰ ਦੇਣ, ਭੁੱਲ ਨਾ ਬਖਸ਼ਾ ਦੇਣ ਕਿ ਇਹ ਤੇਰਾ ਜੀਵ ਹੈ, ਇਹ ਭੁੱਲ ਗਿਆ ਸੀ, ਭੁੱਲ ਬਖਸ਼ਾਉਣ ਵਾਸਤੇ ਆਇਆ ਹੈ, ਉਹ ਛੋੜਦੇ ਹੀ ਨਹੀਂ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਜਦ ਤੱਕ ਸੰਤ ਨਹੀਂ ਮਿਲਦੇ ਗਏ, ਅਸੀਂ ਭਟਕਦੇ ਹਾਂ, ਡੋਲਦੇ ਹਾਂ। ਬਗੈਰ ਸੰਤ ਤੋਂ ਅਸੀਂ ਕਦੇ ਟਿਕਾਣੇ ਤੇ ਨਹੀਂ ਪਹੁੰਚ ਸਕਦੇ ਗੇ। ਜੀ, ਸੰਤ ਬਿਨਾ ਸਭ ਪਟਕੀ ਡੋਲੇ, ਬਿਨਾ ਸੰਤ ਨਹੀਂ ਸ਼ਬਦ ਪਛਾਣ, ਸ਼ਬਦ ਸ਼ਬਦ ਮੈਂ ਸ਼ਬਦ ਹੀ ਗਾਉਂ, ਤੂੰ ਵੀ ਸੁਰਤ ਲਗਾ ਦੇ ਤਾਨ, ਕਰ ਪਾਵੇ ਚੌਰਾਸੀ ਝੂਟੇ, ਜਨਮ ਜਨਮ ਕੀ ਹੋਵੇ ਹਾਨ, ਰਾਧਾ ਸੁਆਮੀ ਕੇ ਸਭ ਪਟਕੇ ਖਾਨ।